जस टीवी देख रहे हो तुसीं, मैं केपी सिंह तुहाडा स्वागत करदा। नामजदगी का दौर खत्म हो चुका है, तो इम्तिहान का दौर शुरू हो चुका है। तो इस इम्तिहान के दौर में बेरोजगारी, नशा, किसानी करजे, तो किसान खुदकुशियां, तो बेअदबी वड्डे मुद्दे बन के सामने आ चुके हैं। हुण तिकर दी सियासत दे विचाले 19 मई नूं पंजाब च चोणां होणियां, तो इस चोणां दे विचाले बगावत है जिहड़ी, बाकी सुर है वह भी पार्टियां नूं परेशान कर रही। असीं सारे मुद्दियां चर्चा करांगे मिशन पंजाब च। अड़िके है कि मिशन 13 ते पंजाब अज बहस इसलिए कर रहे हैं क्योंकि पंजाब में नामजदगियां भरन का सिलसिला मुक चुकिया, तो हुण सवाल पूछने शुरू हो गया कि तुसीं करोगे की साडे लई। 13 सीटां ते आखिरी गेड़ में 19 मई नूं वोटां पैणियां पंजाब में। कांग्रेस, अकाली, भाजपा सने आप ते सारियां सीटां ते उम्मीदवार उतार दिते, हालांकि आम आदमी पार्टी फतेहगढ़ साहब तो 3 वारी उम्मीदवार बदल चुकी है, जिवें 3 वारी LOP बदल दिता। PDA ने भी उम्मीदवार उतार के मुकाबले दिलचस्प बनाया। सूबे च बेरोजगारी, नशा, किसानी ते बेअदबी वड्डे मुद्दे बन चुके हैं। सारिया सीटां ते पार्टियां च बगावत भी सिरदर्दी बनी है। सवाल क्यों पुछांगे, वड्डा सवाल यह पूछा जाएगा, पंजाब के 13 सीटों के मिशन में सारिया सियासी धिरां कित्थे खड़ियां। इस सवाल से असीं बहस करांगे, खास पैनल साडा मौजूद हैगा, तुहाडा तारुफ करा रहे हैं। मोहम्मद खालिद पोलीटिकल एनालिस्ट के तौर पर साडा मौजूद रहेंगे। खालिद साहब, तुहाडा बहुत स्वागत है। हरजीत सिंह किंगरा कांग्रेस से बुला रहे हैं, अमरजीत सिंह धारनी श्रोमणी अकाली दल बुला रहे हैं, हरजीत सिंह भुल्लर भारतीय जनता पार्टी बुला रहे हैं, तो जगतार सिंह संघेड़ा आम आदमी पार्टी बुला रहे हैं। सारे मेहमानों का बहुत स्वागत करते हैं। सब तो पहला सवाल BJP तो करना चाहूँगा, BJP केंद्र की वड्डी पार्टी हैगी है। ਪੁੱਲਰ ਸਾਹਿਬ, ਬਹੁਤ ਸੁਪਨੇ ਦੇਖਦੇ ਹੋ ਪੰਜਾਬ ਦੇ ਤੁਸੀਂ, ਅਤੇ ਉਮੀਦਵਾਰ ਤੁਹਾਨੂੰ ਪੰਜਾਬ 'ਚ ਮਿਲਦੇ ਨਹੀਂ, ਤੁਹਾਡੇ ਲਈ ਸਭ ਤੋਂ ਵੱਡਾ ਅੜਿੱਕਾ ਹੀ ਇਹ ਹੈ। ਦੇਖੋ, ਇਹ ਜਿਹੜਾ ਨਹੀਂ ਹੈਗਾ, ਪੰਜਾਬ ਤੋਂ ਉਮੀਦਵਾਰ ਨਹੀਂ ਮਿਲਦੇ। ਪੰਜਾਬ ਸਾਡੇ ਕੋਲ 3 ਸੀਟਾਂ ਨੇ, ਔਰ ਜਿਹੜੀ ਗੁਰਦਾਸਪੁਰ ਦੀ ਸੀਟ ਹੈ ਉਹ ਪਹਿਲਾਂ ਵੀ ਵਿਨੋਦ ਖੰਨਾ ਉੱਥੋਂ ਲੜਦੇ ਸੀਗੇ, ਉਹਨਾਂ ਨੇ ਜਿੱਤੀ ਵੀ ਔਰ ਉੱਥੇ ਕੰਮ ਵੀ ਕੀਤੇ, ਔਰ ਇਸ ਵਾਰੀ ਕਿਉਂਕਿ BJP ਦੇ ਨਾਲ ਧਰਮਿੰਦਰ ਪਰਿਵਾਰ ਦਾ ਪੁਰਾਣਾ ਤਾਲੁਕਾਤ ਨੇ, ਉਹਨਾਂ ਨੂੰ ਉੱਥੋਂ ਦੀ ਅਸੀਂ ਉਹਨਾਂ ਦੇ ਬੇਟੇ ਨੂੰ ਉੱਥੋਂ ਉਤਾਰਿਆ ਸਨੀ ਦਿਓਲ ਨੂੰ। ਔਰ ਜਿੱਥੇ ਅੰਮ੍ਰਿਤਸਰ ਦੀ ਗੱਲ ਤੁਸੀਂ ਕਰੋਗੇ ਬਾਅਦ 'ਚ, ਅੰਮ੍ਰਿਤਸਰ ਤੋਂ ਵੀ ਜਿਹੜੇ ਸਾਡੇ ਇਸ ਟਾਈਮ ਮੌਜੂਦਾ ਮੰਤਰੀ ਨੇ ਔਰ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੇ ਆ, ਉਹਨਾਂ ਨੂੰ ਉੱਥੋਂ ਦੀ ਉਤਾਰਿਆ ਗਿਆ। ਘਰ ਹੈਗਾ ਪੁਰੀ ਸਾਹਿਬ ਦਾ ਉੱਥੇ? ਦੇਖੋ, ਬਿਲੋਂਗ ਕਰਦੇ ਘਰ ਤੇ ਕੈਪਟਨ ਸਾਹਿਬ ਦਾ ਵੀ ਨਹੀਂ ਸੀਗਾ, ਸਿੱਧੂ ਸਾਹਿਬ ਦਾ ਵੀ ਨਹੀਂ ਸੀਗਾ। ਸਿੱਧੂ ਸਾਹਿਬ ਕੈਪਟਨ ਸਾਹਿਬ ਦਾ ਪਟਿਆਲੇ ਤੋਂ ਗਏ ਸੀਗੇ, ਠੀਕ ਹੈ ਨਾ ਜੀ। ਗੱਲ ਇਹ ਹੈ ਕਿ ਜਿਹੜੇ ਸਾਡਾ ਸੰਵਿਧਾਨ ਹੈ, ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ, ਸੰਵਿਧਾਨ ਦੇ ਵਿੱਚ ਬੜਾ ਕਲੀਅਰ ਹੈ ਕਿ ਅਗਰ ਵਿਧਾਨ ਸਭਾ ਦੀ ਸੀਟ ਲੜਨੀ ਹੈ ਤੇ ਸਟੇਟ ਦੇ ਮੋਦੀ ਸਾਹਿਬ ਨੂੰ ਭੇਜ ਦਿੰਦੇ ਨਾ ਇੱਥੇ, ਮੋਦੀ ਸਾਹਿਬ ਨੂੰ ਭੇਜ ਦਿੰਦੇ ਇੱਥੇ, ਗਾਲੀ ਮਕਾਓ, ਛੱਡੋ ਪਰ ਐਵੇਂ। ਜੇ ਮੋਦੀ ਸਾਹਿਬ ਨੂੰ ਬਨਾਰਸ ਭੇਜਿਆ ਤੇ ਹੋਇਆ ਜੀ, ਸਵਾਲ ਇਹ ਹੈ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਉਮੀਦਵਾਰ ਕਿਉਂ ਨਹੀਂ ਮਿਲਦੇ? ਉੱਥੋਂ ਤੁਸੀਂ ਮੰਤਰੀ ਲਿਆਏ, ਇੱਥੋਂ ਮੰਤਰੀ ਤੁਸੀਂ ਟਿਕਣ ਨਹੀਂ ਦਿੱਤੀ, ਜਿਹੜਾ ਮੰਤਰੀ ਤੁਹਾਡਾ ਹੈ ਸੀ ਪੰਜਾਬ 'ਚ ਉਹਨਾਂ ਨੂੰ ਟਿਕਣ ਨਹੀਂ ਦਿੱਤੀ ਸੀ। ਕਿਹੜੇ ਮੰਤਰੀ ਨੂੰ ਟਿਕਣ ਨਹੀਂ ਦਿੱਤੀ ਸੀ? ਵਿਜੇ ਸਾਂਪਲਾ ਜੀ ਭੁੱਲ ਗਏ? ਵਿਜੇ ਸਾਂਪਲਾ ਜੀ, ਦੇਖੋ ਅਸੀਂ ਇੱਕ ਨੂੰ ਨਹੀਂ, ਅਸੀਂ 90 ਲੋਕ ਚੇਂਜ ਕੀਤੇ ਨੇ ਪਿਛਲੀ ਟੀਮ ਦੇ ਵਿੱਚੋਂ, ਔਰ ਉਹ 90 ਲੋਕ ਜਿਹੜੇ ਚੇਂਜ ਕੀਤੇ ਗਏ ਨੇ, ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਦੀ ਪਰਫਾਰਮੈਂਸ, ਜਾਂ ਕਿਤੇ ਨਾ ਕਿਤੇ ਸਾਨੂੰ ਇਹ ਲੱਗਿਆ ਕਿ ਉਹ ਨਹੀਂ ਕਰ ਸਕਦੇ ਹੈਗੇ, ਤਾਂ ਕਰਕੇ ਚੇਂਜ ਕੀਤੇ ਗਏ। ਕੋਈ ਇੱਕ ਜਣਾ ਨਹੀਂ ਚੇਂਜ ਕੀਤਾ ਗਿਆ, ਠੀਕ ਹੈ। ਅਮਰਜੀਤ ਸੁਧਾਰਨੀ ਸ਼੍ਰੋਮਣੀ ਅਕਾਲੀ ਦਲ, ਹੁਣ ਮੋਦੀ ਕਰ ਰਿਹਾ, ਪੰਥਕ ਏਜੰਡਾ ਸ਼੍ਰੋਮਣੀ ਅਕਾਲੀ ਦਲ ਕੋਲੋਂ ਚਲਾ ਗਿਆ, ਤੁਹਾਡੇ ਲਈ ਸਭ ਤੋਂ ਵੱਡਾ ਅੜਿੱਕਾ ਹੈ? ਬਿਲਕੁਲ, ਕੋਈ ਸਾਡਾ ਪੰਥਕ ਏਜੰਡਾ ਕਿਤੇ ਨਹੀਂ ਗਿਆ ਹੈਗਾ। 2 ਦਿਨ ਦੇ ਵਿੱਚ ਸਾਡਾ ਜਿਹੜਾ ਹੈਗਾ ਮੈਨੀਫੈਸਟੋ ਤੁਹਾਡੇ ਸਾਹਮਣੇ ਆ ਜਾਊਗਾ। ਔਰ ਅਗਲੀ ਗੱਲ ਇਹ ਹੈਗੀ ਹੈ ਕਿ ਜਿੱਥੋਂ ਤੱਕ ਸਾਡੀ ਅਲਾਇੰਸ ਪਾਰਟਨਰ ਹੈਗੀ ਹੈ, ਪਾਰਟੀ ਹੈਗੀ ਹੈ, ਉਸ ਲਿਹਾਜ਼ ਨਾਲ ਇਹ ਹੈਗਾ ਕਿ ਜਿਹੜਾ ਕੌਮਨ ਮਿਨੀਮਮ ਪ੍ਰੋਗਰਾਮ ਹੈਗਾ ਉਹ ਸਾਡਾ ਦੋਵਾਂ ਪਾਰਟੀਆਂ ਦਾ ਸੇਮ ਹੈਗਾ। ਅਤੇ ਪਰ ਜਿੱਥੋਂ ਤੱਕ ਪੰਜਾਬ ਦੇ ਮੁੱਦੇ ਹੈਗੇ ਆ, ਪੰਜਾਬ ਦੇ ਮੁੱਦਿਆਂ 'ਤੇ ਹਮੇਸ਼ਾ ਹੀ ਅਕਾਲੀ ਦਲ ਹੈ ਜਿਹੜਾ ਉਹ ਡਟ ਕੇ ਉਸ ਤਰ੍ਹਾਂ ਹੀ ਤੁਸੀਂ 2 ਦਿਨ ਠਹਿਰੋ, 2 ਦਿਨ ਦੇ ਵਿੱਚ ਸਾਡਾ ਦੇਖੋ ਸਿੰਪਲ ਸਵਾਲ ਹੈ, ਇਸ ਲਈ ਪੰਜਾਬ ਦੀ ਜਨਤਾ ਤੁਹਾਨੂੰ ਸਵਾਲ ਕਰ ਰਹੀ ਹੈ, ਪੰਜਾਬ ਦੇ ਮੁੱਦੇ ਅਕਾਲੀ ਦਲ ਨੇ ਛੱਡਤੇ ਆ? ਨਹੀਂ, ਬਿਲਕੁਲ ਨਹੀਂ ਅਸੀਂ ਛੱਡੇ ਹੈਗੇ, ਨਾ ਹੀ ਕਦੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦੇ ਛੱਡੇ ਆ। ਅਸੀਂ ਪਹਿਲਾ ਰਿਸਪੋਂਸੀਬਿਲਟੀ ਸਾਡੀ ਪੰਜਾਬੀਆਂ ਦੇ ਪ੍ਰਤੀ ਹੈਗੀ ਆ, ਪੰਜਾਬ ਦੇ ਪ੍ਰਤੀ ਹੈਗੀ ਆ, ਨਾ ਕਿ ਇਸ ਗੱਲ ਲਈ ਕਿ ਅਸੀਂ ਆਪਣਾ ਮਤਲਬ ਜਿਹੜਾ ਹੈਗਾ ਆਪਣਾ ਆਪ ਖੋ ਕੇ ਜਿਹੜਾ ਹੈਗਾ ਅਸੀਂ ਇਸ ਉਹਦੇ ਵਿੱਚ ਬਹਿ ਜਾਵਾਂਗੇ ਕਿ ਅਸੀਂ ਸਾਰਾ ਕੁਝ ਬਾਹਰ ਤੋਂ ਅਡਾਪਟ ਕਰ ਲਾਂਗੇ। ਬਿਲਕੁਲ, ਜੋ ਸ਼੍ਰੋਮਣੀ ਅਕਾਲੀ ਦਲ ਨੇ ਪੈਰਾਸ਼ੂਟ ਕੈਂਡੀਡੇਟ ਉਤਾਰੇ, ਤੁਸੀਂ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਮੰਗਦੇ ਪਿਆ? ਨਹੀਂ ਨਹੀਂ, ਬਿਲਕੁਲ ਨਹੀਂ, ਅਸੀਂ ਦੇਖੋ ਮੋਦੀ ਸਾਹਿਬ ਸਾਡੇ ਨਾਲ ਅਲਾਇੰਸ ਹੋ ਹੈਗੇ ਆ, ਸਾਡਾ ਦੇਖੋ KP ਜੀ, ਇੱਕ ਗੱਲ ਸਮਝ ਲਓ,
ਸਾਡਾ ਇੱਕ ਮੇਨ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਇਹ ਹੈਗਾ ਕਿ ਅਸੀਂ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਮੈਂ ਥੋੜਾ ਹੋਰ ਤਰੀਕੇ ਨਾਲ ਮੋਦੀ ਸਾਹਿਬ ਨੂੰ ਬਣਾਉਣਾ ਚਾਹੁੰਦੇ ਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਣਨੀਤੀ ਬਦਲ ਲਈ ਇਸ ਚੋਣ ਵਿੱਚ। ਨਹੀਂ ਨਹੀਂ ਬਿਲਕੁਲ ਕੋਈ ਰਣਨੀਤੀ ਨਹੀਂ ਬਦਲੀ, ਸਾਡੀ ਰਣਨੀਤੀ ਸੇਮ ਹੈਗੀ ਆ ਔਰ ਸਾਡੇ ਇਹ ਵੀ ਕਲੀਅਰ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਮੋਦੀ ਸਾਹਿਬ ਦਾ ਜਿਹੜਾ ਹੈਗਾ ਉਹ ਇੱਕ ਐਸਾ ਵਿਅਕਤੀਤਵ ਹੈਗਾ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਐਕਸੈਪਟੇਬਲ। 5 ਸਾਲ ਵਿੱਚ ਹਿੰਦੁਸਤਾਨ ਬਚਿਆ ਨਹੀਂ, 70 ਸਾਲ ਚ ਬਚ ਗਿਆ, 70 ਸਾਲ ਨਹੀਂ 55 ਸਾਲ ਕਿਆ ਕਰੋ, ਚਲੋ ਜਿੰਨੇ ਮਰਜ਼ੀ ਕਹਿ ਲਓ। ਹਰਦੀਪ ਸਿੰਘ ਕਿੰਗਰਾ, ਕਾਂਗਰਸ ਨੂੰ ਓਵਰ ਕੰਫੀਡੈਂਸ ਨਹੀਂ ਲੈ ਡੁੱਬੂਗਾ? ਦੇਖੋ ਜੀ, ਪੰਜਾਬ ਦੀਆਂ ਚੋਣਾਂ ਦੀ ਸਥਿਤੀ ਇਹ ਹੈ ਕਿ ਮੁਕਾਬਲਾ ਸਿਰਫ ਦੋ ਹੀ ਪਾਰਟੀਆਂ ਦਾ ਹੈ, ਅਕਾਲੀ ਦਲ ਦਾ ਅਤੇ ਕਾਂਗਰਸ ਦਾ। ਬੀਜੇਪੀ ਤਾਂ ਐਵੇਂ ਨਾ ਹੋਈ ਹੈ, ਅਤੇ ਤੀਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਆਪਦੇ ਭਾਰ ਨਾਲ ਹੀ ਮਰ ਗਈ। ਇਹੀ ਤਾਂ ਮੈਂ ਓਵਰ ਕੰਫੀਡੈਂਸ ਦੀ ਗੱਲ ਕਰ ਰਿਹਾ, ਇਹੀ ਓਵਰ ਕੰਫੀਡੈਂਸ। ਸੁਣੋ ਅਗਲੀ ਗੱਲ ਕਾਂਗਰਸ ਪਾਰਟੀ ਇਹ ਪੱਥਰ 'ਤੇ ਲਕੀਰ ਹੈ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ। ਨੋਟ ਕਰ ਲਓ ਅੱਜ ਦੀ ਗੱਲ ਅਤੇ ਮੈਨੂੰ ਉਹਦੇ ਸੱਦ ਲਿਓ ਜਿਹਦੇ ਰਿਜ਼ਲਟ ਆ ਗਿਆ। 13 ਸੀਟਾਂ, ਤੀਜੀ ਗੱਲ ਤੁਸੀਂ ਯਾਦ ਰੱਖਿਓ। ਹਾਂਜੀ ਤੀਜੀ ਗੱਲ ਜਿਹੜੀ ਹੈਗੀ ਹੈ, ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਜੰਗ ਦੇ ਵਿੱਚ ਜਰਨੈਲ ਆਪਦੀਆਂ ਤਲਵਾਰਾਂ ਕੱਢ ਲੈਣ ਉਦੋਂ ਫੌਜਾਂ ਦੇ ਹਾਰਨ ਦੀ ਸਥਿਤੀ ਪੈਦਾ ਹੋਈ ਹੁੰਦੀ ਹੈ, ਵਰਨਾ ਜਰਨੈਲ ਆਪਦੀਆਂ ਤਲਵਾਰਾਂ ਮਿਆਨ 'ਚ ਰੱਖਦੇ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੈਦਾਨ ਦੇ ਵਿੱਚ ਕੁੱਦਣਾ ਇਹ ਦੱਸਦਾ ਕਿ ਅਕਾਲੀ ਦਲ ਦੀ ਹਾਲਤ ਪਤਲੀ ਹੈ, ਵਰਨਾ ਜਰਨੈਲ ਤਾਂ ਤੰਬੂ ਨਹੀਂ ਛੱਡਦੇ ਹੁੰਦੇ ਅਤੇ ਤੰਬੂ 'ਚ ਬੈਠ ਕੇ ਜੰਗਾਂ ਜਿੱਤ ਲੈਂਦੇ ਹੈ। ਇਹ ਹੁੰਦਾ ਜੇ ਤੁਹਾਨੂੰ ਕੰਫੀਡੈਂਸ ਹੋਵੇ। ਪਿਛਲੇ ਕੱਲ ਤਾਂ ਹੀ ਕੈਂਡੀਡੇਟ ਬਦਲਣਾ ਨਾ ਬਦਲਣਾ ਇੱਕ ਸੁਭਾਵਿਕ ਜੀ ਗੱਲ ਹੈ। ਮੈਂ ਤਾਂ ਇਹੋ ਜਿਹੇ ਇਲੈਕਸ਼ਨ ਹੀ ਵੇਖੇ ਹੈ ਜਿੱਥੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਗਏ ਲੋਕਾਂ ਨੂੰ ਟੈਲੀਫੋਨ ਆਏ ਦਿੱਲੀਓ ਕਿ ਇਹਦਾ ਜਿਹੜਾ ਨੋਮੀਨੇਸ਼ਨ ਬਦਲ ਕੇ ਦੂਜੇ ਬੰਦੇ ਦਾ ਕਰ ਦਿਓ, ਆਈ ਵਾਜ਼ ਅ ਪ੍ਰੋਬੇਸ਼ਨਰ ਐਟ ਦੈਟ ਪਰਟੀਕੁਲਰ ਪਲੇਸ। ਠੀਕ ਹੈ, ਇਹੋ ਜਿਹੇ ਅੱਜ ਜੰਗ ਸ਼ੁਰੂ ਹੋਈ ਹੈ ਕਿਉਂਕਿ ਸਾਨੂੰ ਇਹ ਪਤਾ ਲੱਗਿਆ ਕਿ ਕਿਹਦਾ ਕਿਹੜਾ ਸਿਪਾਹੀ ਹੈ। ਪਰ ਕਈ ਜਰਨੈਲ ਸਿਪਾਹੀ ਬਣ ਕੇ ਜੰਗ 'ਚ ਕੁੱਦੇ ਹੈ, ਉਹ ਜਿਹੜੇ ਜਰਨੈਲ ਸਿਪਾਹੀ ਬਣ ਕੇ ਜੰਗ 'ਚ ਕੁੱਦੇ ਹੈ, ਜਦੋਂ ਦੇਖੋ ਉੱਥੇ ਜਿੱਤਣ ਜਾਂ ਹਾਰਨ, ਜਦੋਂ ਜਰਨੈਲ ਤਲਵਾਰ ਮਿਆਨ 'ਚੋਂ ਕੱਢਦਾ, ਸ਼ਾਮ ਸਿੰਘ ਅਟਾਰੀ ਵਾਲੇ ਨੇ ਕਿਹਾ ਸੀ ਜੰਗ ਜਿੱਤਾਂ ਜਾਂ ਹਾਰਾਂ ਮਰੂੰਗਾ ਜ਼ਰੂਰ, ਇਹ ਗੱਲ ਜਿਹੜੀ ਹੈ ਇਹ ਹਿਸਟਰੀ ਕਹਿੰਦੀ ਹੈ। ਚਲੋ ਠੀਕ ਹੈ ਤੁਹਾਨੂੰ ਇਹ ਕੰਫੀਡੈਂਸ ਹੈ ਕਿ ਓਵਰ ਕੰਫੀਡੈਂਸ ਹੈ? ਇੱਕ ਓਵਰ ਕੰਫੀਡੈਂਸ ਨਹੀਂ ਹੈ, ਇਹ ਤਾਂ ਕੰਫੀਡੈਂਸ ਹੈ। ਠੀਕ ਹੈ, ਜਗਤਾਰ ਸਿੰਘ ਜਿਹੜਾ ਆਮ ਆਦਮੀ ਪਾਰਟੀ ਨੂੰ ਤਾਂ ਪੱਕਾ ਹੀ ਓਵਰ ਕੰਫੀਡੈਂਸ ਲੈ ਡੁੱਬਿਆ, ਉਹ ਪੁਰਾਣੀ ਗੱਲ ਹੋ ਗਈ ਜੀ, ਹੁਣ ਨਵੀਂ ਗੱਲ ਕੀ ਹੈ? ਨਵੀਂ ਗੱਲ ਇਹ ਹੈ ਕਿ ਅਸੀਂ ਡੇ ਬਾਈ ਡੇ ਰਿਕਵਰ ਕਰ ਰਹੇ ਹਾਂ। ਸਾਡਾ ਆਪਣਾ ਅੰਦਰੂਨੀ ਸਰਵੇ ਜਿਹੜਾ ਆ ਉਹ ਕਹਿੰਦਾ ਆ ਵੀ ਅਸੀਂ 6-7 ਸੀਟਾਂ ਜਿੱਤ ਰਹੇ ਹਾਂ ਅੱਜ ਦੀ ਤਰੀਕ 'ਚ, ਬਾਕੀ ਅਜੇ ਅੱਗੇ ਦਿਨ ਪਏ ਆ। 13 ਕਾਂਗਰਸ ਕਹੀ ਜਾਂਦੀ ਆ, 13 ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਕਹੀ ਜਾਂਦੇ ਆ, 7 ਅਸੀਂ ਨਹੀਂ ਛੱਡਦੇ ਅਤੇ ਸੀਟਾਂ ਗਿਣ ਲਓ ਕਿੰਨੀਆਂ। ਕਾਂਗਰਸ ਦਾ ਹਾਲ ਤਾਂ ਦੇਖੋ ਤੁਸੀਂ ਕੀ ਹੁੰਦਾ ਆ, ਇਹਨਾਂ ਨੇ ਕੀਤਾ ਕੀ ਆ ਪੰਜਾਬ 'ਚ? ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਜਿਹੜਾ ਪਹਿਲਾਂ ਹੀ ਹਾਸ਼ੀਏ 'ਤੇ ਆ, ਸਾਰੇ ਹੀ ਮੰਨਦੇ ਆ, ਇਹ ਖੁਦ ਇਹਨਾਂ ਦੇ ਚਿਹਰਿਆਂ ਤੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਆ। ਅਤੇ ਬੀਜੇਪੀ ਨੂੰ ਕੈਂਡੀਡੇਟ ਨਹੀਂ ਕੋਈ ਲੱਭਾ, ਸੰਨੀ ਦਿਓਲ ਨੂੰ ਬੰਬੇ ਤੋਂ ਲੈ ਕੇ ਆਏ ਆ, ਚੰਡੀਗੜ੍ਹ 'ਚ ਕਿਰਨ ਖੇਰ ਨੂੰ ਲੈ ਕੇ ਆਏ ਆ, ਭਾਵੇਂ ਚਲੋ ਪੰਜਾਬ ਦਾ ਹਿੱਸਾ ਨਹੀਂ ਹੈ, ਅਲੱਗ ਹੈ, ਯੂਟੀ ਹੈ, ਬਟ ਉਸੇ ਤਰ੍ਹਾਂ ਹੀ ਇਹਨਾਂ ਨੇ ਪੂਰੀ ਇੱਕ ਆਫਿਸਰ ਨੇ ਉਹਨਾਂ ਨੂੰ ਦਿੱਲੀ ਤੋਂ ਲੈ ਕੇ ਆਏ ਆ। ਸੋ ਇਹਨਾਂ ਦਾ ਆਪਣਾ ਉਹ ਅੱਛਾ। ਫਿਰ ਜਿਹੜਾ ਕਿੰਗਰਾ ਜੀ ਨੇ ਗੱਲ ਕਹੀ ਹੈ ਕਿ ਕਿਉਂ ਸੁਖਬੀਰ ਬਾਦਲ ਜੀ ਨੂੰ ਸਾਹਮਣੇ ਆਉਣਾ ਪਿਆ, ਜਿਹੜੇ ਖੁਦ ਪ੍ਰਧਾਨ ਨੇ ਸਾਰਾ ਕੁਛ ਇਸ ਇਹਨਾਂ ਇਲੈਕਸ਼ਨ 'ਚ ਕੁੱਦਣਾ ਪਿਆ, ਕਿਉਂਕਿ ਹਾਸ਼ੀਏ 'ਤੇ ਗਈ ਹੋਈ ਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ। ਇੱਕ ਤਾਂ ਉਹਨਾਂ ਦਾ ਜਿਹੜੇ ਬੇਅਦਬੀ ਦੇ ਮੁੱਦੇ ਆ, ਅਤੇ ਉੱਥੇ ਦੋ ਬੱਚਿਆਂ ਦੇ ਕਤਲ ਹੋਏ ਸੀ, ਉਹਨਾਂ ਕੇਸਾਂ 'ਚ ਹੀ ਇਹ ਮਤਲਬ ਉਹ ਨਹੀਂ ਕੇਸ ਇਹਨਾਂ ਦਾ ਪਿੱਛਾ ਛੱਡ ਰਹੇ, ਅਤੇ ਹੋਰ ਜੋ ਪੰਜਾਬ 'ਚ ਇਹਨਾਂ ਨੇ ਜੋ ਪਹਿਲਾਂ ਲੁੱਟ ਸੁੱਟ ਕੀਤੀ ਹੈ ਪੰਜਾਬ ਨੂੰ ਆਰਥਿਕ ਤੌਰ 'ਤੇ, ਅਸੀਂ ਸਾਡਾ ਰਾਜ ਹੀ ਨਹੀਂ ਆ ਤੁਹਾਡੀ ਲਿਸਟ ਪਈ ਹੈ, ਆਹ ਤੁਹਾਡੀ 13 ਕੈਂਡੀਡੇਟ ਦੀ ਲਿਸਟ ਪਈ ਹੈ ਪੁਰਾਣੀ, ਸੁੱਚਾ ਸਿੰਘ ਛੋਟੇਪੁਰ, ਡਾਕਟਰ ਦਲਜੀਤ ਸਿੰਘ ਰਹੇ ਨਹੀਂ, ਦੇਖੋ ਭਾਈ ਬਲਦੀਪ ਸਿੰਘ, ਸੁਣ ਲਓ ਲਿਸਟ, ਜੋਤੀ ਮਾਨ, ਯਾਮੀ ਗੋਮਰ, ਹਿੰਮਤ ਸਿੰਘ ਸ਼ੇਰਗਿੱਲ ਦਾ ਪਤਾ ਨਹੀਂ ਕਿੱਥੇ ਆ, ਹਰਵਿੰਦਰ ਸਿੰਘ ਫੁਲਕਾ ਉਹ ਵਿਧਾਇਕ ਵੀ ਛੱਡਣ ਨੂੰ ਤਿਆਰ ਬੈਠੇ ਆ, ਹਰਿੰਦਰ ਸਿੰਘ ਖਾਲਸਾ ਚਲੇ ਗਏ, ਪ੍ਰਸ ਸਾਹੂ ਸਿੰਘ ਤੁਹਾਡੇ ਕੈਂਡੀਡੇਟ ਹੈਗੇ ਆ, ਸਤਨਾਮਪਾਲ ਕੰਬੋਜ ਚਲੇ ਗਏ, ਜਸਰਾਜ ਸਿੰਘ ਲੌਂਗੀਆ ਚਲੇ ਗਏ, ਭਗਵੰਤ ਮਾਨ ਹੈਗੇ ਆ, ਡਾਕਟਰ ਧਰਮਵੀਰ ਗਾਂਧੀ ਚਲੇ ਗਿਆ, ਲਿਸਟ ਪਈ ਤੁਹਾਡੀ? ਨਹੀਂ ਇਹ ਵਿਧਾਨ ਸਭਾ ਤੱਕ, ਲੋਕ ਸਭਾ ਦੀ ਮੈਂ ਪੁਰਾਣੀ ਲਿਸਟ ਦੱਸ ਰਿਹਾ, ਉਹੀ ਕਹਿੰਦਾ ਹਾਂ ਵੀ ਚਲੋ ਜੋ ਉਸ ਸਮੇਂ 'ਚ ਹੋਇਆ ਉਦੋਂ ਸਾਡੀ ਪਾਰਟੀ ਦਾ ਸੰਗਠਨ ਨਹੀਂ ਸੀਗਾ, ਠੀਕ ਹੈ ਨਾ, ਜਿਹੜੇ ਗਏ ਆ ਤੁਸੀਂ ਇਹ ਵੀ ਦੇਖ ਲਓ ਨਾ ਕਿੱਧਰ ਗਏ ਆ, ਇੱਦਾਂ ਤਾਂ ਹੁਣ ਆਪਣਾ ਨਾਜਰ ਸਿੰਘ ਮਾਨਸਾਹੀਆ ਵੀ ਚਲੇ ਗਏ ਆ, ਕਿੰਗਰਾ ਜੀ ਉਹਨਾਂ ਨੂੰ ਖਰੀਦ ਕੇ ਲੈ ਗਏ, ਖਰੀਦ ਕੇ ਲੈ ਗਏ, ਹਾਂ ਬਿਲਕੁਲ। ਹੁਣ ਉੱਥੇ ਅਸੀਂ ਕੀ ਕਰ ਸਕਦੇ, ਅਸੀਂ ਸਧਾਰਨ ਬੰਦੇ ਆ, ਆਮ ਆਦਮੀ ਆ, ਸਿਆਸਤ ਬਦਲਣ ਲਈ ਅਸੀਂ ਸੰਘਰਸ਼ ਕਰ ਰਹੇ ਹਾਂ, ਨਾਜਰ ਸਿੰਘ ਮਾਨਸਾਹੀਆ ਵੇਖ ਸਕਦੇ ਆ,
मेरी गल सुनो तुसी कमर संधू जी नूं जानदे हो मैं नहीं जानदा नहीं जानदे मैं जानदा सारा पंजाब जानदा कमर संधू नूं मैं जानदा सारा पंजाब जानदा बड़े रिलायबल व्यक्ति ने जर्नलिज्म च बड़ा उच्चा नां है उहनां दा कदी झूठ नहीं बोलदे उहनां ने खुद कहा कि तीन बंदे उहनां कोल सलाह लैण लई आए क्योंकि सलाह मशवरा कर रहे क्योंकि नाजर सिंह मान सिंह वेख गए बिल्कुल साडे प्रधान ने कहा वेख हां प्रधान साडा झूठ नहीं बोलदा हां डटिया होया सब तो दलेर आदमी है एक छोटा छड के आ रहा है ब्रेक लेने ब्रेक तो वापस आवांगे मिशन पंजाब विच अड़िके है ये है गया अड़िकियां दे विचाले आम आदमी पार्टी किथे खड़ी है अकाली दल किथे खड़ा है भारतीय जनता पार्टी किथे खड़ी है कांग्रेस किथे खड़ी है कांग्रेस तो दो साल का लेखा जोखा मंगा जा रहा ब्रेक तो वापस आके मोहम्मद खाली तो पुछांगे जरूर दो साल का लेखा जोखा किवें देवेगी कांग्रेस असीं सवाल क्यों पुछ रहे सवाल असीं इह पुछ रहे हां पंजाब दे 13 सीटां दे मिशन विच सारियां सियासी धिरां कित्थे खड़ियां असीं तुहानूं दस दईए अड़िके कांग्रेस लई की हैगे आ वोटर मंग रहे ने दो साल का लेखा जोखा वह भी तुहानूं ग्राफिकली दिखाना चाहुंदे आ नाल दी नाल पार्टी च रुसियां ने दिक्कतां खड़ियां कीतियां श्रोमणी अकाली दल लई बेअदबी कांड च घिरिया बादल परिवार पंथक एजेंडे तहत वोटां मंगण च अड़िके हैगे आ श्रोमणी अकाली दल लई पैराशूट उम्मीदवार उतारन ते घिरे आ भारतीय जनता पार्टी पंजाब विच मोदी का कोई बोलबाला नहीं गा ये लोग आ जिहड़े उह स्थानक पद्धर ते मानदे पए हैगे कि असीं मोदी नूं वोटां नहीं पाउणियां असीं ते पार्टियां नूं चेहरे नूं वोटां पाउणियां हैगियां पार्टी च वड्डे पद्धर ते बगावत हो रही है आम आदमी पार्टी अड़िका मुख विरोधी धिर वजों रोल इहनां दा हल्का मन्निया जा रिहा इह आम लोकां विच धारना मोहम्मद खाली साहब जी इह अड़िके आ जिहड़े उस उहनां अड़िकियां दे विचाले की पंजाब दे विचों मिशन फतेह है जिहड़ा वो बाकियां दे हत्थ है देखो जिहड़े अड़िके है उह तां इलैक्शन वेले हर पोलीटिकल पार्टी नूं आउंदे है कई वजह करके आउंदे है खास तौर पर जब किसी नूं टिकट नहीं मिलती और चाहवान हुंदा टिकट दा या पहला एम पी रहा हुंदा है उहनूं टिकट नहीं मिलती डिनाइल हो जांदा किसी भी वजह करके तो अड़िके आउंदे है अड़िके इस करके भी आउंदे है पार्टी दी ऑर्गेनाइजेशन वीक पै जांदी है इस करके भी है पुरानी पॉलिसी बनाई हुई है जिस वेले सत्ता सीगे ਉਹ ਅੜਿੱਕੇ ਬਣ ਜਾਂਦੇ ਆ ਕਿ ਇਹਨਾਂ ਨੇ ਕੁਛ ਨਹੀਂ ਕੀਤਾ ਜਾਂ ਜਿਹੜੀ ਇਸ ਵੇਲੇ ਸਰਕਾਰ ਹੈ ਉਹ ਤੋਂ ਕੀ ਅਪੇਕਸ਼ਾ ਕੀ ਵਾਅਦੇ ਸੀਗੇ ਉਹ ਪੂਰੇ ਨਹੀਂ ਹੋ ਰਹੇ ਅੜਿੱਕੇ ਤਾਂ ਚੱਲਦੇ ਰਹਿੰਦੇ ਆ ਪੋਲੀਟੀਕਲ ਪ੍ਰੋਸੈਸ ਦਾ ਪਾਰਟ ਹੈ ਮੈਂ ਜਿਹੜੀ ਤੁਸੀਂ ਪਹਿਲਾਂ ਹੀ ਡਿਸਕਸ਼ਨ ਕੀਤੀ ਹੈ ਉਹਦੇ ਵਿੱਚ ਉਹਦੇ ਵੱਲ ਆਵਾਂਗਾ ਥੋੜ੍ਹਾ ਜਿਹਾ ਕਿ ਜਿਹੜਾ ਕਾਂਗਰਸ ਬੀਜੇਪੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਤੋਂ ਤੁਸੀਂ ਆਪਣਾ ਆਪਣਾ ਉਹ ਰਿਸਪੋਂਸ ਮੰਗਿਆ ਉਹਦੇ ਵਿੱਚ ਨਾ ਮੈਂ ਦੋ ਚੀਜ਼ਾਂ ਐਡ ਕਰਾਂਗਾ ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਕਾਂਗਰਸ ਜਿਹੜੀ ਹੈ ਉਹਦੇ ਕੋਲ 2009 ਦੇ ਵਿੱਚ 8 ਸੀਟਾਂ ਸੀਗੀਆਂ ਔਰ 2014 ਦੇ ਵਿੱਚ 3 ਸੀਟਾਂ ਸੀਗੀਆਂ ਲੇਕਿਨ ਉਸ ਵੇਲੇ ਮੋਦੀ ਵੇਵ ਵੀ ਸੀਗੀ ਔਰ ਵਰਸਟ ਹਾਲਾਤ ਦੇ ਵਿੱਚ ਵੀ ਕਾਂਗਰਸ ਜਿਹੜੀ ਸੀਗੀ 31% ਵੋਟਾਂ ਲਿੱਤੀਆਂ ਸੀਗੀਆਂ ਪਿਛਲੇ ਜਿਹੜੀ ਬੀਜੇਪੀ ਹੈ ਬੀਜੇਪੀ ਦੇ ਬੈਸਟ ਹਾਲਾਤ ਦੇ ਵਿੱਚ ਯਾਨੀ ਕਿ ਪਿਛਲੀ ਵਾਰ ਜਿਸ ਵੇਲੇ ਮੋਦੀ ਵੇਵ ਸੀਗੀ 7.8 ਜਾਂ 7.6% ਵੋਟਾਂ ਲਿੱਤੀਆਂ ਸੀਗੀਆਂ ਉਹਨਾਂ ਦੀ ਪਿਛਲੀ ਵਾਰ 2009 'ਚ 1 MP ਸੀਗਾ ਫਿਰ 2 ਹੋ ਗਏ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਕੋਲ 4 MP ਹੈ ਚਾਰੇ ਇਕੱਠੇ ਨਹੀਂ ਰਹਿ ਪਏ ਜੋ ਵੀ ਹੈ ਆਪਾਂ ਸਾਰਿਆਂ ਨੂੰ ਪਤਾ ਰਿਪੀਟ ਕਰਨ ਦੀ ਲੋੜ ਨਹੀਂ ਹੈ ਲੇਕਿਨ 26% ਤਕਰੀਬਨ ਵੋਟ ਜਿਹੜੀ ਸੀਗੀ ਉਹਨਾਂ ਨੇ ਇਸੇ 24% ਇਸੇ ਤਰੀਕੇ ਦੇ ਨਾਲ ਅਕਾਲੀ ਦਲ ਜਿਹੜੀ ਹੈਗੀ ਹੈ ਉਹਨਾਂ ਨੇ 4 2009 'ਚ ਸੀਗੇ MP 4 ਹੀ 2014 'ਚ ਸੀਗੇ ਔਰ ਵੋਟਾਂ ਜਿਹੜੀਆਂ ਸੀਗੀਆਂ 26% ਲੈ ਇਟ ਮੀਨਸ ਕਿ ਜਿਹੜਾ ਮੁਕਾਬਲਾ ਹੈਗਾ ਉਹ ਦੋਨਾਂ ਕੰਬਾਈਨਸ ਦਾ ਆਮ ਆਦਮੀ ਸੋਰੀ ਬੀਜੇਪੀ ਅਕਾਲੀ ਦਲ ਇੱਕ ਪਾਸੇ ਔਰ ਕਾਂਗਰਸ ਇੱਕ ਪਾਸੇ ਜਿਹੜਾ ਬੇਸਿਕ ਮੁਕਾਬਲਾ ਹੈਗਾ ਉਹੀ ਹੈ ਔਰ ਟ੍ਰੈਡੀਸ਼ਨਲ ਪਾਰਟੀਆਂ ਦਾ ਆਮ ਆਦਮੀ ਪਾਰਟੀ ਦੇ ਮੁਕਾਬਲੇ 'ਚ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਆਮ ਆਦਮੀ ਪਾਰਟੀ ਕਿਉਂਕਿ ਆਪਣੇ 4 ਜਿੱਥੋਂ ਜਿੱਤੇ ਸੀਗੇ ਉੱਥੇ ਜਿਹੜਾ ਹੈਗਾ ਪਰਫੋਰਮੈਂਸ ਪ੍ਰੋਪਰ ਨਹੀਂ ਕਰ ਪਾਏ ਕਿਉਂਕਿ ਉਹਨਾਂ ਦੇ ਬੰਦੇ ਆਪ ਹੀ ਛੱਡ ਕੇ ਭੱਜ ਗਏ ਜਿਵੇਂ ਕਿ ਗਾਂਧੀ ਸਾਹਿਬ ਅਲੱਗ ਹੋ ਗਏ ਜਾਂ ਦੂਸਰੇ ਲੋਕ ਅਲੱਗ ਹੋ ਗਏ ਔਰਗਨਾਈਜੇਸ਼ਨ ਸਟਰਕਚਰ ਪਹਿਲਾਂ ਨਾਲੋਂ ਮਜ਼ਬੂਤ ਨਹੀਂ ਹੋਇਆ ਬਲਕਿ ਢਿੱਲਾ ਪਿਆ ਔਰ ਜਿਹੜੇ MLAਆਂ ਦਾ ਖਹਿਰਾ ਸਾਹਿਬ ਨਾਲ ਅਲੱਗ ਹੋ ਜਾਣਾ ਉਸ ਤੋਂ ਬਾਅਦ ਦੂਸਰੇ MLAਆਂ ਦਾ ਹੋ ਜਾਣਾ ਛੱਡ ਜਾਣਾ ਜਾਂ MLA ਆਮ ਆਦਮੀ ਪਾਰਟੀ ਦੇ MLAਆਂ ਦਾ ਇਲੈਕਸ਼ਨ ਲੜਨੀ ਅਲੱਗ ਪਾਰਟੀਆਂ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਪਰਫੋਰਮੈਂਸ ਹੈ ਉਹਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਕਰਨ ਦੀ ਉਹ ਹੈਗੀ ਹੈ ਇਸ ਕਰਕੇ ਆਮ ਆਦਮੀ ਪਾਰਟੀ 4 ਤਾਂ ਨਹੀਂ ਬਹੁਤ ਘੱਟ ਮਤਲਬ ਹੈ ਸੀਟਾਂ ਲੈਣ ਦੀ ਸੰਭਾਵਨਾ ਆਦਮੀ ਪਾਰਟੀ ਦੀ ਇਸ ਇਲੈਕਸ਼ਨ ਦੇ ਵਿੱਚ ਹੈ ਇਸ ਕਰਕੇ ਅਗਰ ਆਪਾਂ ਓਵਰਆਲ ਸਿਨੈਰੀਓ ਦੇਖੀਏ ਓਵਰਆਲ ਸਿਨੈਰੀਓ ਦੇ ਵਿੱਚ ਕਾਂਗਰਸ ਇੱਕ ਪਾਸੇ ਕਿਉਂਕਿ ਕਾਂਗਰਸ ਦੀ ਵੋਟ ਸ਼ੇਅਰ ਜਿਹੜਾ ਹੈਗਾ ਉਹ ਬੀਜੇਪੀ ਅਕਾਲੀ ਦਲ ਦੇ ਵੋਟ ਸ਼ੇਅਰ ਦੇ ਤਕਰੀਬਨ ਬਰਾਬਰ ਜਾ ਪੈਂਦਾ ਅਗਰ ਉਹਨਾਂ ਦਾ ਕੰਬਾਈਂਡ ਵੋਟ ਸ਼ੇਅਰ ਹੋਵੇ ਇਸ ਕਰਕੇ ਮੁਕਾਬਲਾ ਜਿਹੜਾ ਹੈਗਾ ਉਹ ਇਹਨਾਂ ਦੇ ਵਿੱਚ ਹੀ ਹੋਏਗਾ ਦੋਨਾਂ ਪੋਲੀਟੀਕਲ ਪਾਰਟੀਜ਼ ਮੇਨ ਮੁਕਾਬਲਾ ਆਮ ਆਦਮੀ ਪਾਰਟੀ ਅਗਰ ਸੰਗਰੂਰ ਤੋਂ ਫੋਰ ਐਗਜ਼ਾਮਪਲ ਪਰਫੋਰਮੈਂਸ ਕਰ ਪਾਉਂਦੀ ਹੈ ਵਧੀਆ
या एक अद्धी होर जगह तो यह डिपेंड करता है कि आने वाले दिनों कैंपेन किधर न तुरद है और आम आदमी पार्टी किस तरह का रोल प्ले करती है। मोहम्मद खालिद साहब, तुम कांग्रेस का बार बार जिक्र करते हो, कांग्रेस रिटेन कर सकती है, कांग्रेस 10 साल की डॉक्टर मनमोहन सिंह के कार्यकाल के आधार पर वोटा मंगेगी, जबा 2 साल का जो सूबा सरकार का लेखा जोखा है वो लोगों अगर रखेगी, ज भारतीय जनता पार्टी के विरोध ज विरोध जोड़ा पंजाब हों उस आधार पर वोटा। देखो पिछले इलैक्शन के डबल इनकम्बेंसी सी जिदे अगेंस्ट लोगों ने वोटा पाई, एक एंटी इनकम्बेंसी सी मनमोहन सिंह की 10 साल की सरकार के खिलाफ, दूसरी एंटी इनकम्बेंसी सी बादल सरकार के खिलाफ, डबल एंटी इनकम्बेंसी सी। इस इलैक्शन के एंटी इनकम्बेंसी जी हैगी है क्योंकि नैशनल पार्लियामेंट की इलैक्शन है, इस करके जी अपोजिशन पार्टियां है वो अपनी कैंपेन का फोकस कर पिछले 5 साल दे विच सेंटर गौरमेंट ने मोदी सरकार ने की किया की नहीं किया, और जिहड़ी जिहड़ी अपने बीजेपी अकाली दल आम आदमी पार्टी वो फोकस कर अपना कैंपेन 2 साल की कैप्टन सरकार की जिहड़ी परफॉर्मेंस है इत्थे की नैगेटिव रहा की पॉजिटिव रहा की वादे किए थे वादे पूरे होए नहीं होए उपर कंसनट्रेट करेगी, इस करके दोनों अपनी अपनी सुविधा दोनों धिर अपनी अपनी सुविधा के मुताबिक एक दूसरे के अटैक करेंगे। ठीक है हरजीत सिंह गंगरा, तुम 2 साल का लेखा जोखा तो लोग मंगना शुरू कर दिता लोगों ने, जो उम्मीदवार प्रचार कर रहे हो उ पूछ रहे हैं तुम आ वादे नहीं पूरे किए, गंगरा साहब क्यों नहीं हो गए? मैं तुम्हें जरा ना छोटा जि एक पहला इस तो पहला एक मैं गल करनी चाहवागा, संघेड़ा साहब ने मानसाइया साहब की गल की भी कांग्रेस ने खरीद लिया। मैं अज संघेड़ा साहब पब्लिकली अनाउंस कर सकता कि जे सब तो ईमानदार थोड़ा कोई विधायक सी तो वह नाजर सिंह मानसाइया सी, जिन्हों कोई भी ताकत दुनिया की खरीद नहीं सकती, मैं उन्हों पिछले 25-30 साल का जानता, मतलब ही कोई नहीं है, आइडियलिज्म की एक मूर्ति है नाजर सिंह मानसाइया, इस करके योजे बंदे योजा इल्जाम ना लाओ पब्लिकली बैठ के, थोड़े वास्ते ठीक नहीं है क्योंकि तुम गंगा जल हो, जिहड़े जिहड़ा आम आदमी पार्टी चाहुंदा वह पवित्र हो जाता, जिहड़ा छड्ड जाता वह पापी हो जाता है, एक एक थ्योरी नु छड़ दियो, छड़नी थोनू भी पैनी है पार्टी। रीजन दस दियो की है फिर दो छप्पे मारन दा? मेरा रीजन की सी छड़न दा थोनू? ओही नाजर सिंह मानसाइया दा, थोड़ा चौधरी किसे दा खड़े नहीं पैन छड़दा, यादव ने क्यों छड्डी, खैरे ने क्यों छड्डी, आपा गल्लां आम आदमी पार्टी दे फोकस करके रह गए हरदीप सिंह गंगरा। नहीं मैं तुहाडे तों सवाल कर रहा हां, 2 साल दा लेखा जोगा तुहाडे तों लोक मंगदे पए आ जवाब दोंदा। वेखो ए है इलैक्शन लोक सभा दा, चढ़िया सी जिहड़ा सूरज डुबना सी उस जरूर कहंदे ने लोकी झूठ के पछम ने मारिया, ये तो मोदी जी की जिन्नी चढ़ाई होंदी है उन्ना वड्डा फाल होंदा, हायर द स्टीप यू राइज द बैड फॉल। तुसीं 2 साल दा तां लेखा जोखा दस के वोटां मंग सकदे नहीं मंग सकदे गंगरा साहब? असीं 2 साल दा लेखा जोखा इत्थे देखो दो किस्म तरीके नाल वोटां मंगियां जांदियां, केंद्र दी सरकार चुनण वास्ते वोटां पै रहियां, एक तां केंद्र दी सरकार दा फेलियर जिहड़ा उह मेन मुद्दा होएगा लोकां वास्ते, यानी कि आपदा नहीं दसणा दूजे दा फेलियर बनाउणा। अगे दसदा मैं तुहानूं फेलियर वी मुद्दा होएगा जिवें खालिद साहब ने बड़े क्लीयरली आख्यागा, दूजा मुद्दा जिहड़ा होएगा उह इह होएगा कि असीं की कर सकदे हां केंद्र दे विच, केंद्र दे ते पंजाब दे दो साल दा कोई मुद्दा नहीं हैगा, 2 साल लेखा जोखा कोई मुद्दा नहीं है, 2 साल दा मुद्दा इस वेले पंजाब दे लोकां दे सामने बिल्कुल नहीं हैगा, पंजाब दे लोकां दे सामने जिहड़ा मुद्दा मेन हैगा ओह है मोदी जी दी सरकार नूं थल्ले लाउणा। जिहड़ा तुहाडा पुइंट आ गया तारनी साहब, तुसीं बेवजह मुद्दा बणाई इहनां 2 साल दा लेखा जोखा, तुसीं 5 साल दा साथ दो ना। देखो ये तो हुण किंगरा साहब का आपदा ही जवाब हैगा, जे किंगरा साहब दे कोल कोई एक भी जवाब हुंदा इस गल दा भी आ कुछ असी लोगों लई कीता हैगा, आ असी वादे पूरे किए हैगे, आ असी मैनीफेस्टो दीयां जिहड़ियां शर्तां सी उह पूरियां कीतियां हैगियां। तुसी मोदी साहब दे नां ते वोटां मांगदे हो, तुसी क्यों नहीं जांदे मोदी साहब ने की कीता, तुसी क्यों नहीं दसदे? मैं दसदा जी, तुसी दसो ना 2 करोड़ नौकरियां देनियां सी दित्तियां कि नहीं दित्तियां, तुसी क्यों नहीं दसदे? देखो कीता ही कुछ नहीं दसोगे? देखो गल ये हैगा संघेड़ा साहब, इस तरह ना करो तुसी, देखो मोदी साहब ने जिहड़े अपने वादे कीते सी ये ठीक है कि 2 करोड़ नहीं होए ता 1.5 करोड़ या 1 करोड़ ता होए हैं कि नहीं होए, वो तो अलावा होर बहुत सारे काम है गया। देखो एक दी ओ गल ना करी जाओ, स्वामी ना मारो मिशन दी रिपोर्ट लागू करती, होर नहीं कुछ बोलना चाहता, देखो अकाली दल ने एजेंडा छड़ता ना किसानी दा? नहीं नहीं बिल्कुल नहीं, केपी जी साडा एजेंडा बिल्कुल ओही दा ओही हैगा, पर जिथे तक मोदी साहब दी गल हैगी है जिन्ना इन्हां ने 55 साल दे विच सारा कुछ बिगाड़िया वा सी कांग्रेस ने, उस नूं लाइन ते ल्याउण वास्ते कुछ ना कुछ टाइम तो बिल्कुल लगना ही लगना है, जे हुण तुसीं 5 साल दे विच सारी दी सारी 55 साल मैनूं हसा दित्ता है गल कर, जदों कांग्रेस इत्थे कहिंदी है 10 साल अकाली भाजपा ने माहौल बिगाड़िया सी उहनूं लाइन ट्रैक ते ल्याउण लई सानूं टाइम लगेगा, जे तुसीं 5 साल लै लिया इहदा मतलब इहनां 2 साल लै के कोई गुनाह नहीं कीता? नहीं देखो पहली गल तां इह हैगी है, जे तां तुसीं साडा लेखा जोखा लैणा
अकाली श्रोमणी अकाली दल और बीजेपी सरकार का वो मैं दे सकता जे इन्हां ने 2.5 साल दे विच कोई लेखा जोखा इन्हां कोल हैगा तां इन्हां नूं तुसीं 2-3-4 बार क्वेश्चन कर लिया ये एक चीज गिणा देण भी असीं आ जिहड़ा साडा मैनीफेस्टो सी 2.5 साल दे विच असीं इहदे विचों आ एक वादा पूरा करता असीं जिहड़ी हैगी आ 20 गल्लां सुणाउने आ दसदे आ तुहानूं भी असीं की कुछ कीता भारतीय जनता पार्टी का आधार उन्ना क्यों नहीं बन सकया पंजाब दे विच जिन्ना बनना चाहिए सीगा क्योंकि जिस तरीके नाल तुसीं काम कीता तुसीं कहिंदे असीं बड़ा काम कीता हैगा सब तो वड्डी पार्टी सब तो ज़्यादा मैंबरशिप पता नहीं की कुछ तुसीं कहिंदे तुहानूं सारा कुछ पता हैगा पंजाब विच उन्ना वड्डे पद्धर ते बीजेपी की वेव नहीं चलती गई उदों भी नहीं चली जदों मोदी वेव सी खालसा साहब ने भी दस्सिया देखो मैं दो तीन चीज़ां जवाब दूंगा तुहानूं हुण मैं किंगरा साहब की गल का जवाब देना चाहुंदा इन्हों नूं दूजिया पार्टियां जरनैल नज़र आ रहे हैं इन्हों का अपना जरनैल जिहड़ा पार्टी का प्रधान है वह भी इलैक्शन लड़ रहा है उन्हें भी कृपाना कढ़िया हुई ने और एक मिनट जी तुम हम मेरा मैंने जवाब दे लो बाद दे लो हाँ जी मैं तुम्हें इंटरफेयर नहीं किया किसी गल्ल दूसरा जरनैल अज शरेआम थ्रैट करता है सारियां कि अगर तुहाडे उत्थों दी वोटां ना पईआं कैंडिडेट ना जित्या तो अपनियां सीटां नूं बचा के रख लियो सारे कढ देने मतलब आ हालात ने इन्हां दे इक थ्रैट कर रहा दूसरा लड़ रहा है और कंडीशन ये है कि पंजाब सर दे विच जिन्हों वोट दित्तियां नहीं सीटां इन्हां दा एक प्रधान जिहड़ा लाल सिंह सीगा उहदा परिवार सारा इन्हां नूं छड्ड के चला गया सांभे इन्हां कोल अपना घर नहीं जा रहा दूसरे के घरां च झातियां मारन लगे हुए हैं दूसरी गल जिहड़ी तुसीं कही है पंजाब दे विच असीं रल के इलैक्शन लड़दे हैं साडा समझौता है श्रोमणी अकाली दल का बीजेपी का और उस समझौते सानूं 3 सीटां जिहड़ियां ने मैंबर पार्लीमेंट दियां और 23 सीटां जिहड़ियां ने सानूं विधानसभा दी दित्तियां होईयां ने और असीं उहनां दे उत्ते कम करदे हां और पंजाब दे विच अज दी तरीक दे विच बीजेपी जिहड़ी है बहुत सारे पिंडां दे विच वी है शहरां दे विच वी है और असीं साडे ही हिस्सा है लहर बीजेपी नां दी लहर पंजाब विच क्यों नहीं चलदी सारे किते चली गई हरियाणा विच चल गई दिल्ली विच चल गई सारे किते चल गई देखो पंजाब च मैं तुहानूं फिर कह रहा भी साडा जिहड़ा हैगा श्रोमणी अकाली दल दे नाल समझौता है और असीं जिहड़ा हैगा जिहनूं कहिंदे 9 मास दा इक रिश्ता लैके चलदे हां और इहनूं इही लैके चलना और सब तो पहला जिहड़ा साडा समझौता होया सी उह श्रोमणी अकाली दल नाल ही होया सीगा और इक गल दा होर तुहानूं मैं जवाब देना चाहुंदा जिहड़ा तुसीं जिहते अज मुद्दा रख्या कि बाहरले कैंडीडेट साढ़े संविधान ने अधिकार दिता है कि विधानसभा की इलैक्शन तुसीं पंजाब दे लड़ रहे हो जिहड़े मर्जी तुसीं कॉन्स्टिट्यूएंसी दे हो किते वी जाके लड़ सकदे हो पंजाब च ते लोक सभा दी इलैक्शन तुसीं हिंदुस्तान दे जिथों दे भी वोटर हो तुसीं हिंदुस्तान दी कहीं भी कॉन्स्टिट्यूएंसी लड़ सकदे हो ते जेकर जेकर इन्ने इतराज नहीं परचा विरोध दी छुट्टियां मनाओ नहीं जे ओ गल मैं तुहानूं पहलां वी कहा लोक उत्थे इंतजार करदे गुरदासपुर दे परफॉर्मेंस बेस्ड हुंदा जी बहुत सारे आईएएस बहुत सारे डॉक्टर बहुत सारे वकील होर लोग भी जिहड़े जाके इलैक्शन लड़दे ने उस बार नहीं जांदे कई वारी चलो ठीक है चलो ठीक है इहदे जनता ने डिसाइड करना है भी अगली वारी जाके होणा कि नहीं ठीक है एक होर छोटा ब्रेक लेने ब्रेक तो वापस आवांगे की है सियासत दे विच नवीं फिरता नहीं पै रही है कि स्टार उतार दो ते उस तो बाद करे बैठ जाओ इहो जी सियासत है जिहड़ी ओह किसी भी कंस्टीट्यूएंसी दे लई किसी भी इलाके दे लई किसी भी हल्के दे लई चंगी हैगी है सवाल यह भी हैगा क्योंकि यह भी अड़िका हैगा जे अड़िका हैगा तो मिशन पंजाब च अड़िके की हैगी असीं उहनां ते चर्चा कर रहे ब्रेक तो वापस आ रहे हैं सवाल एक पुछ रहे सवाल असं ये पूछ रहे पंजाब दी 13 सीटां दे मिशन विच सारियां सियासी धिरां कित्थे खड़ियां खालिद साहब असीं जदों गल करदे आ पंजाब दे सरकार दे 2 साल दे कार्यकाल दी तुसीं वी उस नूं अहमियत नहीं दे रहे ते कांग्रेस ने तां अहमियत देनी की देनी है नहीं दूजियां जिहड़ियां दूजियां पार्टियां खालिद साहब जिहड़ी दूजियां पार्टियां वो 2 साल ते फोकस करी बैठियां उहदे 5 साल नूं अहमियत नहीं दे रहियां नहीं मैं पिछले सैगमेंट च गल कहती है तुहानूं कि इह नहीं है कि 2 साल नूं अहमियत नहीं दे रहे गल इह वी जिहड़ी पार्टियां पंजाब दे विच अपोजिशन च हैं उन्हां दा कैंपेन दा टोटल फोकस है 2 साल होणगे क्योंकि वो कहणगे कि जिहड़े सेंटर गौरमेंट दे मुद्दे हैगे आ उन्हां नूं अवॉइड करो जिहड़ी कांग्रेस पार्टी है वो पंजाब दे विच कैंपेन फोकस करेगी सेंटर गौरमेंट दे उपर क्योंकि वो ये कहेगी कि इलैक्शन जिहड़ा हैगा वो लोक सभा दा है विधानसभा दा इलैक्शन नहीं है विधानसभा दी कारगुजारी दा असीं जिहड़ा हैगा लेखा जोखा 5 साल बाद देंगे इस करके क्योंकि हुण जिहड़ा हैगा इलैक्शन ਉਹਨਾਂ ਵਾਅਦਿਆਂ ਦਾ ਜਿਹੜੇ 2014 ਚ ਹੋਏ ਸੀਗੇ ਇਸ ਕਰਕੇ ਉਹਨਾਂ ਦਾ ਲਿਖਾ ਜੋਖਾ ਨਹੀਂ ਖਾਲਿਦ ਸਾਹਿਬ ਕਾਂਗਰਸ ਡਾਕਟਰ ਮਨਮੋਹਨ ਸਿੰਘ 10 ਸਾਲ ਦੇ ਕਾਰਜਕਾਲ ਨੂੰ ਕਿਉਂ ਨਹੀਂ ਪ੍ਰਚਾਰ ਸਕਦੀ ਦੇਖੋ ਇਦਾਂ ਹੈਗਾ ਪਿਛਲੇ ਇਲੈਕਸ਼ਨ ਦੇ ਵਿੱਚ 2014 ਦੇ ਇਲੈਕਸ਼ਨ ਦੇ ਵਿੱਚ ਵੀ ਹੋਇਆ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਜਿਹੜੀਆਂ ਪਾਲਿਸੀਜ਼ ਬਣੀਆਂ ਸੀਗੀਆਂ ਔਰ ਆਲਮੋਸਟ ਉਹੀ ਪਾਲਿਸੀਆਂ ਜਿਹੜੀਆਂ ਪਿਛਲੇ 5 ਸਾਲ ਦੇ ਵਿੱਚ ਮੋਦੀ ਸਰਕਾਰ ਦੇ ਵਿੱਚ ਐਕਸਟੈਂਡ ਵੀ ਹੋਈਆਂ ਆਪਾਂ ਦੇਖਿਆ ਹੀ ਆ ਸਾਰੀਆਂ ਉਹਨਾਂ ਨੂੰ ਜਾਂ ਤਾਂ ਪ੍ਰੋਪਰਲੀ ਪ੍ਰਚਾਰ ਨਹੀਂ ਕਰ ਸਕੀ ਲੋਕਾਂ ਦੇ ਵਿੱਚ ਜਾਂ ਉਹ ਲੋਕਾਂ ਨੂੰ ਨਹੀਂ ਦੱਸ ਸਕੀ ਕਿ ਇਹਨਾਂ ਦਾ ਕੀ ਫਾਇਦਾ ਹੈਗਾ ਜਾਂ ਲੋਕਾਂ ਨੂੰ ਕਨਵਿੰਸ ਨਹੀਂ ਕਰ ਸਕੀ ਕਿ ਇਹਨਾਂ ਪਾਲਿਸੀਆਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਉਹ ਹੋਏਗੀ ਤਾਂ ਇਹ ਫਾਇਦਾ ਹੋਏਗਾ ਜਿਹੜੀ
मोदी सरकार है उस अचीवमेंट यह है उन्होंने पॉलिसीज नू लेके उन्होंने विगरसली इंप्लीमेंटेशन की है जिदी वजह करके वो ज़्यादा हाईलाइट हुई हैं जिहड़ा कि जिहड़ी कि मनमोहन सिंह की सरकार या उस वेले की कांग्रेस पार्टी जो 2014 उतरी उस वेले तो बिल्कुल ही ढह ढेरी हो गई इदा लगता है कि हर बंदा छड़ के भज रहा इदा लग रहा है कोई इलेक्शन लड़न वास्ते तैयार ही नहीं है या कॉन्फिडेंस नहीं सगा या बीजेपी जी सी वो इन्नी हावी हो गई अपनी प्रचार द्वारा कि उन्होंने इदा लग्या कि यह जो 10 साल उन्होंने किए हैं वो किया ही कख नहीं और जी कांग्रेस पार्टी है वो असल तो माइनॉरिटीज़ या मुसलमान की पार्टी बन के रह गई है ये चीज़ा जगह प्रचार कर कामयाब हो गई और जिंद वजह करके हो ठीक है जगतार सिंगड़ा आम आदमी पार्टी इतने लोगों के मुद्दे की लग जा रही है देखो दोनों ही केंद्र के मुद्दे भी तो पंजाब के मुद्दे भी किंगरा साहब हम कही जाते नहीं पंजाब की कोई गल नहीं पंजाब की कोई गल नहीं पंजाब दे विच जो श्रोमणी अकाली दल भाजपा गठजोड़ ने 10 साल के विच पंजाब का नुकसान किया जो माफिया राज बेरोजगारी करप्शन सिखर से नशा सिखर से सारा कुछ ही टेक ओवर कर लिया कांग्रेस ने कांग्रेस सारा कुछ ही टेक ओवर कर रही है एक दो मुद्दे टच किए इन्होंने प्रोग्रेस कोई भी नहीं है सिस्टम पुलिस का दूजा तीजा उ चल रहा है अज अखबारों से न्यूज है एक 3 NRI भरावान ने 2011 च प्लॉट लिया सगा ADGP NRI विंग उहदे कोल भी दरखास्त दित्ती फिर भी नहीं कुछ किया हाई कोर्ट च गया तो हुण FIR हुई है जाके 2011 दे 1,35,00,000 उन्होंने खर्चा किहड़ा इत्थे इनवैसटमेंट करूगा तुहाडे किहड़ा आ के इत्थे पैसे लाऊगा हाँ जी सेम मेरा मतलब एग्जाम्पल देण दा इह आ भई सेम सिस्टम पंजाब च चल रिहा हर एक मामले च रही सेंटर दी गल हुण भुल्लर साहब कही ते जांदे आ ठीक आ बुलारे चंगे आ सेंटर च मोदी सरकार ने सिर्फ 2 काम किए आ एक नोटबंदी बड़े काम जिहड़े कीते आ एक GST बिना तैयारी तो लागू करना दोनों च ही छोटे व्यापारी का आम लोगों का घाण होया दोनों च ही सारे का नुकसान होया बाकी इन्होंने वादे अनुसार कोई नौकरियां नहीं दित्तियां जिदा पंजाब सरकार ने नौकरियां दित्तियां असीं दोवें मुद्दे पिंडां च लैके जा रहे हां असीं लोगों नूं पुछदे हां तुहाडे पिंड च कांग्रेस सरकार ने कैप्टन साहब ने कोई नौकरी दित्ती घर घर नौकरी देनी सी कहिंदे आ जी नहीं जी ਤੁਹਾਡੇ ਸਾਰੇ ਪਿੰਡ 'ਚ ਦਿੱਤੀ ਹੋਵੇ ਕਿਤੇ ਗੁਆਂਢ 'ਚ ਕਿਤੇ ਸੁਣਿਆ ਹੋਵੇ ਕਹਿੰਦੇ ਨਹੀਂ ਜੀ ਅਸੀਂ ਕਿਹਾ ਵੀ ਜੇ ਤਾਂ ਕਿਤੇ ਨੌਕਰੀ ਸੁਣਦੇ ਹੋ ਆਲੇ ਦੁਆਲੇ ਫਿਰ ਵੋਟ ਤੁਸੀਂ ਕੈਪਟਨ ਸਾਹਿਬ ਨੂੰ ਪਾ ਦਿਓ ਨਹੀਂ ਤਾਂ ਆਮ ਆਦਮੀ ਪਾਰਟੀ ਨੂੰ ਪਾਇਓ ਕੁਛ ਵੀ ਨਹੀਂ ਕੀਤਾ ਇਹਨਾਂ ਨੇ ਸੌਂ ਖਾ ਕੇ ਨਸ਼ੇ ਦੀ ਗੱਲ ਕੀਤੀ ਸੀ ਵੀ ਨਸ਼ਾ ਮੁਕਤ ਕਰਾਂਗੇ ਉਹਦੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਭੁੱਲਰ ਸਾਹਿਬ ਤੁਹਾਡਾ ਰਾਸ਼ਟਰਵਾਦ ਦਾ ਮੁੱਦਾ ਪੰਜਾਬ ਵਿੱਚ ਕਿਉਂ ਨਹੀਂ ਚੱਲਦਾ ਕਿਉਂ ਨਹੀਂ ਚੱਲਦਾ ਮੈਂ ਤਾਂ ਹਮੇਸ਼ਾ ਰਾਸ਼ਟਰਵਾਦ ਦੀ ਹੀ ਗੱਲ ਕਰਦੇ ਨਹੀਂ ਪੰਜਾਬ ਦੇ ਲੋਕ ਰਾਸ਼ਟਰਵਾਦ ਦੇ ਮੁੱਦੇ ਨੂੰ ਅਡਾਪਟ ਨਹੀਂ ਕਰਦੇ ਪੰਜਾਬ ਤੋਂ ਵੱਡਾ ਰਾਸ਼ਟਰਵਾਦ ਦਾ ਹਮੈਤੀ ਕੋਈ ਹੋਰ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ 85% ਕੁਰਬਾਨੀਆਂ ਦਿੱਤੀਆਂ ਹੁਣ ਆਜ਼ਾਦੀ ਦੇ ਵਿੱਚ ਜਿਨ੍ਹਾਂ ਨੇ ਸਭ ਤੋਂ ਵੱਧ ਬਾਰਡਰ ਦੇ ਉੱਤੇ ਕੁਰਬਾਨੀਆਂ ਦਿੱਤੀਆਂ ਹੁਣ ਉਸ ਤੋਂ ਵੱਧ ਰਾਸ਼ਟਰਵਾਦ ਕਿੱਥੇ ਹੋਰ ਪਾਉਂਦੇ ਉਸੇ ਪੰਜਾਬ ਲਈ ਤੁਸੀਂ ਬਾਰਡਰ ਦੇ ਹੀਰੋ ਨੂੰ ਇੱਥੇ ਕੈਂਡੀਡੇਟ ਉਤਾਰ ਰਹੇ ਹੋ ਉਸੇ ਪੰਜਾਬ ਲਈ ਦੇਖੋ ਮੇਰੀ ਗੱਲ ਸੁਣੋ ਜੇ ਪੰਜਾਬ ਤੋਂ 85% ਤੁਸੀਂ ਬਾਰ-ਬਾਰ ਕੁਰਬਾਨੀਆਂ ਦੇ ਸਨੀ ਦਿਓਲ ਦੇ ਉੱਤੇ ਨਹੀਂ ਸਨੀ ਦਿਓਲ ਕਿਉਂ ਮੈਂ ਪੈਰਾਸ਼ੂਟ ਕੈਂਡੀਡੇਟ ਤੇ ਗੱਲ ਕਰ ਰਿਹਾ ਕਿਉਂ ਨਾ ਕਰੀਏ ਪੈਰਾਸ਼ੂਟ ਤੇ ਮਨੀਸ਼ ਤਿਵਾੜੀ ਵੀ ਆਇਆ ਉਹਦੇ ਬਾਰੇ ਵੀ ਗੱਲ ਕਰ ਲਓ ਤੁਸੀਂ ਹਾਂ ਕਰਾਂਗੇ ਪੈਰਾਸ਼ੂਟ ਤੇ ਬੋਰ ਤੋਂ ਉੱਠ ਕੇ ਜਾਖੜ ਵੀ ਗਿਆ ਉੱਥੇ ਗੁਰਦਾਸਪੁਰ ਦੇ ਵਿੱਚ ਉਹਦੀ ਵੀ ਗੱਲ ਕਰ ਲਓ ਤੁਸੀਂ ਸਿਰਫ ਸੰਨੀ ਦਿਓਲ ਨੂੰ ਕਿ ਪ੍ਰੋਜੈਕਟ ਕੀਤਾ ਜਾ ਰਿਹਾ ਜਾਂ ਬੀਜੇਪੀ ਦੇ ਕੈਂਡੀਡੇਟ ਨੂੰ ਕਿ ਪ੍ਰੋਜੈਕਟ ਕੀਤਾ ਜਾ ਰਿਹਾ ਬਾਕੀ ਲੋਕ ਵੀ ਨੇ ਜਿਹੜੇ ਆਏ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਗਰ ਸੰਵਿਧਾਨ ਇਸ ਚੀਜ਼ ਦੀ ਤੁਹਾਨੂੰ ਪ੍ਰੈਫਰੈਂਸ ਦਿੰਦਾ ਹੈ ਕਿ ਤੁਸੀਂ ਕਿਤੋਂ ਵੀ ਜਾ ਕੇ ਇਲੈਕਸ਼ਨ ਲੜ ਸਕਦੇ ਹੋ ਤੇ ਕਿਉਂ ਨਹੀਂ ਲੜਨੀ ਚਾਹੀਦੀ ਜਾਂ ਤਾਂ ਉੱਥੇ ਤੁਸੀਂ ਸੰਵਿਧਾਨ ਨੂੰ ਚੇਂਜ ਕਰਾ ਦਿਓ ਵੀ ਫਿਰ ਨਹੀਂ ਕੋਈ ਇਲੈਕਸ਼ਨ ਲੜ ਸਕੂਗਾ ਮਤਲਬ ਪੈਰਾਸ਼ੂਟ ਸਿਰਫ ਸੰਨੀ ਦਿਓਲ ਹੋ ਗਿਆ ਮਨੀਸ਼ ਤਿਵਾੜੀ ਨਹੀਂ ਹੈ ਔਰ ਦੂਸਰੀ ਗੱਲ ਜਿਹੜੀ ਮੈਂ ਖਾਲੀ ਸਾਹਿਬ ਨੂੰ ਦੱਸਣਾ ਚਾਹੁੰਦਾ ਹੈ ਇਹਨਾਂ ਨੇ ਇੱਕ ਗੱਲ ਸ਼ਾਇਦ ਕਹਿਣਾ ਭੁੱਲ ਗਏ ਨੇ ਕਿ ਕਾਂਗਰਸ ਦੀ ਸਰਕਾਰ ਕਰਪਸ਼ਨ ਦੀ ਵਜ੍ਹਾ ਨਾਲ ਗਈ ਸੀ ਲੱਖਾਂ ਹਜ਼ਾਰਾਂ ਕਰੋੜਾਂ ਰੁਪਏ ਦੀ ਜਿਹੜੀ ਕਰਪਸ਼ਨ ਸੀ ਔਰ ਡੇ ਬਾਏ ਡੇ ਲਾਸਟ 5 ਸਾਲ ਸੀਗੇ ਹਰ ਮਹੀਨੇ ਹਰ 6 ਮਹੀਨੇ ਬਾਅਦ ਇੱਕ ਨਾ ਇੱਕ ਨਵਾਂ ਕਪੜਾ ਨਜ਼ਰ ਆਉਂਦਾ ਸੀਗਾ ਤਾਂ ਕਰਕੇ ਗਈ ਸੀਗੀ ਕਾਂਗਰਸ ਸਰਕਾਰ ਨੇ ਡਿਵੈਲਪਮੈਂਟ ਕੀਤੀ ਹੋਏਗੀ ਜਾਂ ਕੁਝ ਮੁੱਦੇ ਲੈ ਕੇ ਆਉਂਦੇ ਹੋਣਗੇ ਲੇਕਿਨ ਸਭ ਤੋਂ ਵੱਧ ਕਰਪਸ਼ਨ ਉਸ ਟਾਈਮ ਹੋਈ ਔਰ 5 ਸਾਲਾਂ ਦੇ ਡਿਊਰੇਸ਼ਨ ਦੇ ਵਿੱਚ ਉਹਨਾਂ ਨੇ ਪਿੱਛੇ ਸਾਰੇ ਰਿਕਾਰਡ ਤੋੜਤੇ ਕਿੰਗਰਾ ਸਾਹਿਬ ਵੀ ਉਹਦਾ ਅਫਸਰ ਸੀਗੇ ਇਹਨਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਸਾਰੀ ਕਰਪਸ਼ਨ ਹੋਈ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਤੁਹਾਡਾ ਸਵਾਲ ਵੀ ਲੈ ਲਿਆ ਕਿੰਗਰਾ ਸਾਹਿਬ ਨਾ ਤੁਸੀਂ ਕਾਂਗਰਸ ਦੀ ਕਰਪਸ਼ਨ ਦੀ ਗੱਲ ਕਰਦੇ ਹੋ ਨਾ ਤੁਸੀਂ ਮਨੀਸ਼ ਤਿਵਾੜੀ ਪੈਰਾਸ਼ੂਟ ਉਮੀਦਵਾਰਾਂ ਦੀ ਗੱਲ ਕਰਦੇ ਹੋ ਭੁੱਲਰ ਸਾਹਿਬ ਕਹਿ ਰਹੇ ਮੈਂ ਤੁਹਾਨੂੰ ਦੱਸ ਦਾਂਗਾ ਖਾਲਿਦ ਸਾਹਿਬ ਨੇ ਇੱਕ ਗੱਲ ਕਹਿੰਦੇ ਆ ਜੇ ਡਾਕਟਰ ਜਮਾਂ ਸਹੀ ਗੱਲ ਕਰੇ ਨਾ ਤੇ ਇੱਕ ਮਰਜ਼ ਦੀ ਇਲਾਜ ਇੱਕੋ ਹੀ ਹੁੰਦਾ ਹੈਗਾ ਜੋ ਖਾਲਿਦ ਸਾਹਿਬ ਨੇ ਕਿਹਾ ਹੈਗਾ ਅਨੈਲਿਸਿਸ ਕੀਤਾ ਹੈ ਉਹੀ ਅਨੈਲਿਸਿਸ ਜਿਹੜਾ ਹਰੇਕ ਪੜ੍ਹਿਆ ਲਿਖਿਆ ਬੰਦਾ ਕਰੇਗਾ ਸਿਆਣਾ ਬੰਦਾ ਕਰੇਗਾ ਹਰੇਕ ਪੰਜਾਬ ਦਾ ਨਾਗਰਿਕ ਕਰੇਗਾ ਕਿਉਂਕਿ ਅਸਲੀਅਤ ਹੋਏ ਦੋ ਦੁਨੀ ਚਾਰ ਹੈ ਚਾਹੇ ਤੁਸੀਂ ਕਰੋ ਚਾਹੇ ਮੈਂ ਕਰਨਾ ਫਰਕ ਹੀ ਕੋਈ ਨਹੀਂ ਪੈਂਦਾ ਗਾ ਸੋ ਜੋ ਅਨੈਲਿਸਿਸ ਖਾਲਿਦ ਸਾਹਿਬ ਨੇ ਕੀਤਾ ਉਹੀ ਅਨੈਲਿਸਿਸ ਜਿਹੜਾ ਪੰਜਾਬ ਦਾ ਹਰ ਸਿਟੀਜ਼ਨ ਕਰ ਰਿਹਾ ਹੁਣ ਜਿਹੜਾ ਤੁਹਾਡਾ ਜਵਾਬ ਹੈ ਦੇਖੋ ਬੰਦੇ ਉਤਾਰਨਾ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਰਹੇ ਆ ਪਹਿਲਾਂ ਪੰਜਾਬ ਤੋਂ ਰਹੇ ਤੁਸੀਂ ਉਹਨਾਂ ਨੂੰ ਪੈਰਾਸ਼ੂਟ ਮੰਨਦੇ ਹੋ ਕਿ ਨਹੀਂ ਮੰਨਦੇ ਸਿੰਪਲ ਜਿਹਾ ਸਵਾਲ ਹੈ ਉਹ ਵੇਖੋ ਜੀ ਨਾ ਸਾਡੇ ਕੋਲ ਪੈਰਾਸ਼ੂਟ ਹੈ ਨਾ ਅਸੀਂ ਮੰਨੀਏ
तिवाड़ी साहब इज ए पब्लिक मैन, तिवाड़ी साहब कोई सैलीब्रिटी फिल्म सैलीब्रिटी नहीं है जिसके नाम से वोटा रही है, ठीक है। तिवाड़ी इज ए पब्लिक फिगर राइट फ्रॉम डे वन, ही इज ए पॉलिटिशियन, ही इज ए पब्लिक मैन, ही इज इन टू पब्लिक लाइफ, ही इज नॉट ए सैलीब्रिटी ऑफ फिल्म इंडस्ट्री। फिल्म इंडस्ट्री सैलीब्रिटी लिया के खड़ा करना, अमिताभ बच्चन की सीगा या गोविंदा की सीगा, अमिताभ बच्चन सचिन रखा सी एक बार देखो, सचिन तेंदुलकर केम ए मेंबर पार्लियामेंट ऑफ राज्यसभा, देयर इज अ प्रोविजन, देयर इज अ प्रोविजन, तुसी दारा सिंह नू लाया सी, अमिताभ बच्चन लिया हूं थोड़े भीड़ पई तुसी इहनू लिया, चलो बॉम्बे भी लैके आए साहब, पूरे मुल्क मुद्दा भ्रष्टाचार का है, भ्रष्टाचार की गल भी कर दो। सुनो जी मैं थोड़ा एक गल दसदा, इतने बैठे टीवी के उत्ते बीजेपी 100 सीटा क्रॉस नहीं करती लोग सभा च लिख के ले लो, चलो हुण मुद्दा भ्रष्टाचार 100 सीटा बीजेपी दी, एक मिनट 100 सीटा, 100 सीटा बीजेपी दी पूरे मुल्क दे विच, 13 सीटा कांग्रेस दी पूरे पंजाब विच। हुण अगली जिहड़ी तुहाडा मुद्दा भ्रष्टाचार दा, ओवर कॉन्फिडेंस नहीं, हुण मैं भ्रष्टाचार दा मुद्दा दसदा तुहानू। भ्रष्टाचार दा मुद्दा यह है कि 5 लाख करोड़ के करीब नॉन परफॉर्मिंग असैट जिहड़े है वह माफ कर दिते गए अमीर लोगों के। रफल दे विच सारी दुनिया कहती है कि 45,000 करोड़ रुपया आपदे एक दोस्त नूं फायदा करन वास्ते उह सारे कानून छिक्के ते टंगते, इक्को ही कहिंदा सुनियारे दी टक 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 ते लोहार दी इक्को ही सट, ठक ठक मारिया सारा देश लुट लिया। कमाल करी जाने हो तुसी, तुसी सानू कही जाने हो करप्शन, 6 लाख रुपया इन्वेस्ट करके बम कर दी करप्शन दी, 6 महीने च करप्शन दी बम कर दी, 50 साल लहार वाली सट ते वाडरा ने मारी सी, 22,000 करोड़ रुपया लेके भज गए लोग, सरकार दे टाइम, मनमोहन सिंह दे टाइम, हुड्डा दे टाइम, तुहाडी 10 साल दी सरकार, तुहाडी 10 साल दी सरकार किंगरा साहब करप्शन करके चली गई, तुसी एनपीए दा डाटा कटो 10 साल दी किंगरा साहब, मैं सुन लेना तुहाडी गल सुन ली, 10 साल दी सरकार डाटा मनमोहन सिंह जी करप्शन करके चली गई, नहीं देखो इस तरह होता है, देखो 10 साल दी जिहड़ी गल तुसी करदे हो ना, 10 साल किसे आपां जे कानून भी मान लईए, कानून बना भी लईए, ते 2 टर्म जिहड़ियां बहुत हुंदियां अमरीका दे राष्ट्रपति वास्ते भी ते भारत दे विच भी, 2 टर्मां हो गईयां सी कांग्रेस नूं, सानूं कोई उत्थे अफसोस नहीं होया जे साडी सरकार नहीं बणी उदों बाद, ईमानदार डॉक्टर मनमोहन सिंह दी गाइड विच नुकसान करन लोकां दा करप्शन, कोई माहौल दी किसे ने करप्शन वाली गवर्नमेंट चली गई, आ केजरीवाल जे ना खड़ा हुंदा अज स्टैटिस्टिक्स देख लो थोड़ियां सीटां 100 ही आउणियां सी, डेढ़ कट के देखो केंगरा साहब तां डेटा दे जांदे 100 कर लो तुसीं ल्याओ, बोलो तुसीं बनारस दा डेटा ही कढ लो, जे केजरीवाल नूं वोटां ना पैंदियां मोदी साहब नहीं जितदे सी, बनारस 70,000 वोट पई तुहानूं सिर्फ, चलो इक छोटा ब्रेक लैणा, 75,000 वोट पई कढ लो तुसीं, इक छोटा ब्रेक लैणा, ब्रेक तुसीं ल्याओ, आखरी हिस्से विच असीं होवांगे, प्लीज 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 आखिरी हिस्से में असं होवे, रुसियां की कोई गल नहीं करता पा, बागियों की कोई गल नहीं करता पाया, सिर्फ आम आदमी पार्टी के बागियों की सारे ने गल की है, जेड़े इन पार्टियां च रुसे हुए है उन्होंने कोई जिक्र नहीं करता पा, ब्रेक तो वापस आके मोहम्मद खालिद समझने की कोशिश करा कि रुसियां का रोल होंदा की है, वापस आ रहे हैं। सवाल की असं पूछ रहे हैं, पंजाब दी 13 सीटां दे मिशन में सारिया सियासी धिरां कित्थे खड़ियां, मोहम्मद खालिद साहब जो आम आदमी पार्टी की गल होंदी है बागियों की गल होने लग पैंदी है, बाकी पार्टियां विच बागी हैगे है रुसे हुए हैगे है उन्होंने कोई जिक्र ही नहीं करता, क्यों उन्होंने कोई असर नहीं होंदा? देखो दो चीज़ा इस इलैक्शन दे विच बड़ी प्रोमीनेंट है, एक तो हैगी है कि इस इलैक्शन तो पहला बड़े लोगों ने पार्टियां छड़ के दूसरिया पार्टियां बदलियां, जगमीत बराड़ की गल कर लो, जस्सी की गल कर लो, गांधी की गल कर लो, गुबाया की गल कर लो, अजनाले की गल कर लो, खेड़े की गल कर लो, यानी पहला किसी होर पोजिशन से सके उसके बाद किसी होर पोजिशन से है या होर पार्टी के इलैक्शन लड़ रहे हैं। दूसरी चीज़ ये हैगी जे परिवारवाद का देखिए तकरीबन वर्थ 4 सीटा का परिवारवाद के चाहे ढींडसा की लै लो चाहे बादल की गल लै लो चाहे मनीष तिवाड़ी भी समझ लो एक तरह अद्धा एक परिवारवाद चु आ रहा या अपने परनीत कौर की है संतोख सिंह की गल लै लो परिवारवाद काफ़ी हैगा। तीसरी चीज़ जी तुसी की है कि सारिया पोलीटल पार्टीज़ जिन्हों टिकट नहीं मिली या जे टिकट के चाहबान थे या पहला इलैक्शन लड़े थे इस वेले उन्होंने पूछे ही नहीं पार्टी ने उसकी वजह करके प्रॉब्लम्स आ सकती हैं बिल्कुल आदि होंगे चाहे वह ओवरटली आन चाहे कोवर्टली आन चाहे ओपनली वह विरोधता कर चाहे वह अपने केडर अपने उन्होंने कह दें कि भी तुम चुप करके बह जाओ उपरों कैंडीडेट के नाल तुरे फिर मैं चंडीगढ़ की भी थोड़ा एग्जाम्पल ये एक लै ला
ਜਿਹਦੇ ਵਿੱਚ ਪਾਰਟੀ ਜਿਹੜੀ ਸੀਗੀ ਹੋਰ ਬੰਦਾ ਟਿਕਟ ਚਾਹੁੰਦਾ ਸੀਗਾ ਔਰ ਕੀ ਹੁੰਦਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਲੇਕਿਨ ਤੁਸੀਂ ਰਾਏ ਦੇ ਵਿੱਚ ਹੁਸ਼ਿਆਰਪੁਰ 'ਚ ਲੈ ਲਓ ਹੁਸ਼ਿਆਰਪੁਰ 'ਚ ਮੰਨ ਗਏ ਹੈ ਸਾਂਪਲਾ ਸਾਹਿਬ ਤੁਸੀਂ ਦੇਖੋ ਸਾਂਪਲਾ ਸਾਹਿਬ ਪਹਿਲਾਂ ਪ੍ਰੈਜ਼ੀਡੈਂਟ ਕਿਸੇ ਸਟੇਟ ਦਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਸਟੇਟ ਬੀਜੇਪੀ ਦੇ ਪ੍ਰੈਜ਼ੀਡੈਂਟ ਤੋਂ ਥੱਲੇ ਆਏ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਨਹੀਂ ਮਿਲੀ ਨੈਚੁਰਲੀ ਅੰਦਰ ਉਹ ਕਿਤੇ ਨਾ ਕਿਤੇ ਗੁਬਾਰ ਉੱਠਦਾ ਵੀ ਲੱਗੇ ਸਲਾਰੀਆ ਸਾਹਿਬ ਦੀ ਗੱਲ ਲੈ ਲਓ ਕਵਿਤਾ ਖੰਨਾ ਨੇ ਪਹਿਲਾਂ ਕਿਹਾ ਨਹੀਂ ਮੈਂ ਇੰਡੀਪੈਂਡੈਂਟਲੀ ਇਲੈਕਸ਼ਨ ਲੜੂੰਗੀ ਉਸ ਤੋਂ ਬਾਅਦ ਉਹ ਮੰਨ ਗਏ ਹੈ ਜਾਂ ਸਲਾਰੀਆ ਸਾਹਿਬ ਜਿਹੜੇ ਹੈਗੇ ਹੈ ਕਈ ਹੋਰ ਵੀ ਲੀਡਰ ਹੈਗੇ ਹੈ ਕਾਂਗਰਸ ਦੇ ਵਿੱਚ ਵੀ ਲਾਲ ਸਿੰਘ ਕੇਪੀ ਦੁੱਲੋ ਪਰਿਵਾਰ ਹੈ ਮਿੰਦਰ ਕੇਪੀ ਹੈ ਦੁੱਲੋ ਪਰਿਵਾਰ ਨੇ ਪਹਿਲਾਂ ਵਾਈਫ ਆਪਣੀ ਆਮ ਆਦਮੀ ਪਾਰਟੀ ਤੋਂ ਉਤਾਰ ਦਿੱਤੀ ਉਸ ਤੋਂ ਬਾਅਦ ਹੁਣ ਬੇਟਾ ਜਿਹੜਾ ਹੈਗਾ ਉਹਨੂੰ ਅੱਗੇ ਲਿਆਂਦਾ ਇਸੇ ਤਰੀਕੇ ਦੇ ਨਾਲ ਜ਼ਿਆਦਾਤਰ ਸਾਰੀਆਂ ਤਿੰਨੇ ਚਾਰੇ ਪੋਲੀਟੀਕਲ ਪਾਰਟੀਜ਼ ਦੇ ਵਿੱਚ ਇਹ ਚੀਜ਼ ਹੈਗੀ ਹੈ ਇਹ ਜਿਹੜੀ ਫਨੋਮਿਨ ਹੈ ਇਹ ਤਕਰੀਬਨ ਹਰ ਪੋਲੀਟੀਕਲ ਪਾਰਟੀ 'ਚ ਹਰ ਸਟੇਟ ਦੇ ਵਿੱਚ ਹੈ ਕਿਉਂਕਿ ਪ੍ਰਤਿਆਸ਼ੀ ਜ਼ਿਆਦਾ ਹੁੰਦੇ ਹੈ ਔਰ ਸੀਟਾਂ ਘੱਟ ਹੁੰਦੀਆਂ ਕੁਛ ਬੰਦਿਆਂ ਨੂੰ ਟਿਕਟ ਮਿਲਦੀ ਹੈ ਜ਼ਿਆਦਾਤਰ ਨੂੰ ਨਹੀਂ ਮਿਲਦੀ ਜਿਨ੍ਹਾਂ ਨੂੰ ਨਹੀਂ ਮਿਲਦੀ ਜਾਂ ਤਾਂ ਚੁੱਪ ਕਰਕੇ ਅਗਲੀ ਵਾਰੀ ਦੇਖਣਾ ਚਾਹੁੰਦੇ ਹੈ ਜਾਂ ਫਿਰ ਉਹਨੂੰ ਹਰਾ ਕੇ ਕਹਿੰਦੇ ਆ ਵੀ ਦੇਖੋ ਜੀ ਮੈਂ ਤਾਂ ਪਹਿਲਾਂ ਕਹਿੰਦਾ ਸੀਗਾ ਵੀ ਇਹਨੇ ਨਹੀਂ ਜਿੱਤਣਾ ਆਪਣੇ ਹੀ ਕੈਂਡੀਡੇਟ ਨੂੰ ਹਰਾਉਣਾ ਇਹ ਇੱਕ ਵਾਈਡ ਸਪਰੈਡ ਫਨੋਮਿਨਾ ਹੈਗਾ ਪੰਜਾਬ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਖਾਲੀ ਸਾਹਿਬ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਜ਼ਿਕਰ ਨਹੀਂ ਕਰਦਾ ਜੋ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਬਾਗੀ ਹੁੰਦਾ ਉਦੋਂ ਜ਼ਿਕਰ ਹੁੰਦਾ ਉਸ ਤੋਂ ਬਾਅਦ ਭੁੱਲ ਜਾਂਦੇ ਆ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਗੀਆਂ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਟਕਸਾਲੀਆਂ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਵੀ ਅੱਜ ਤੋਂ ਨਹੀਂ ਆਪਾਂ 25-30 ਸਾਲ ਦੀ ਹਿਸਟਰੀ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਫੈਕਸ਼ਨ ਅਲੱਗ ਹੁੰਦੇ ਔਰ ਉਸ ਤੋਂ ਬਾਅਦ ਉਹ ਖਤਮ ਹੁੰਦੇ ਚਲੇ ਗਏ ਇਸੇ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚੋਂ ਵੀ ਕਈ ਫੈਕਸ਼ਨ ਅਲੱਗ ਹੋਏ ਉਹ ਹੌਲੀ ਹੌਲੀ ਖਤਮ ਹੁੰਦਾ ਜਿਹੜੀ ਮੇਨ ਸਟ੍ਰੀਮ ਪਾਰਟੀ ਹੈ ਉਹ ਰਹਿੰਦੀ ਹੈ ਔਰ ਮੇਨ ਸਟ੍ਰੀਮ ਪਾਰਟੀ ਹੀ ਅੱਗੇ ਤੁਰਦੀ ਹੈ ਜਿਵੇਂ ਟਕਸਾਲੀਆਂ ਦੀ ਗੱਲ ਹੈਗੀ ਹੈ ਫੋਰ ਐਗਜ਼ਾਮਪਲ ਟਕਸਾਲੀਆਂ ਦਾ ਪਹਿਲਾਂ ਲੱਗਿਆ ਕਿ ਟਕਸਾਲੀ ਜਿਹੜੇ ਹੈਗੇ ਹੈ ਉਹ ਇੱਕ ਡੈਂਟ ਪਾਉਣ ਦੀ ਕੋਸ਼ਿਸ਼ ਕਰਨਗੇ ਲੇਕਿਨ ਅੱਜ ਉਹਨਾਂ ਦੀ ਕੋਈ ਵੀ ਨਹੀਂ ਗੱਲ ਸੁਣ ਰਿਹਾ ਅੱਜ ਫਿਰ ਜਿਹੜੀਆਂ ਹੈਗੀਆਂ ਮੇਨ ਸਟ੍ਰੀਮ ਪਾਰਟੀਆਂ ਹੀ ਆਮਣੇ ਸਾਹਮਣੇ ਖੜੀਆਂ ਪੀਡੀਏ ਜਿਉਂਦਾ ਹੈ ਜਿਉਂਦੀਆਂ ਤਾਂ ਇਹ ਪਾਰਟੀਆਂ ਰਹਿਣਗੀਆਂ ਲੇਕਿਨ ਕਈ ਪਾਰਟੀਆਂ ਜਿਹੜੀਆਂ ਹੈਗੀਆਂ ਨਾ ਇਲੈਕਸ਼ਨ ਤੋਂ ਪਹਿਲਾਂ ਐਮਰਜ ਹੁੰਦੀਆਂ ਉਸ ਤੋਂ ਬਾਅਦ ਸਭ ਮਰਜ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਤੁਸੀਂ ਕੋਈ ਵਜੂਦ ਮੰਨਦੇ ਹੋ ਨਾ ਚੋਣਾਂ ਵਿੱਚ ਜਾਂ ਨਹੀਂ ਦੇਖੋ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਹੈਗਾ ਉਹ ਇਹ ਇਲੈਕਸ਼ਨ ਲੜੇਗਾ ਉਸ ਤੋਂ ਬਾਅਦ ਅਗਰ ਪਰਸੈਂਟੇਜ ਆਫ ਵੋਟ ਮੈਂ ਸੀਟਾਂ ਦੀ ਨਹੀਂ ਗੱਲ ਕਰਦਾ ਪਰਸੈਂਟੇਜ ਆਫ ਵੋਟ ਵੀ ਅਗਰ ਕਿਤੇ ਫਲੋਟਿੰਗ ਰਹਿ ਗਈ ਰਹੇਗਾ ਅਦਰਵਾਈਜ਼ ਖਤਮ ਹੋ ਜਾਏਗਾ ਖਤਮ ਹੋ ਜਾਏਗਾ ਹਰਜੀਤ ਸਿੰਘ ਇੰਗਰਾ 2012 ਦੀਆਂ ਚੋਣਾਂ ਤੁਹਾਨੂੰ ਯਾਦ ਹੋਣਗੀਆਂ ਵਿਧਾਨ ਸਭਾ ਚੋਣਾਂ ਜਦੋਂ ਤੁਹਾਨੂੰ ਸਿਰਫ ਬਾਗੀਆਂ ਨੇ ਹੀ ਹਰਵਾਤਾ ਸੀਗਾ ਤੇ ਹੁਣ ਫਿਰ ਇੱਕ ਵਾਰ ਫਿਰ ਬਾਗੀ ਰੁੱਸੇ ਤੁਹਾਡੇ ਲਈ ਬੜੇ ਬੜਾ ਵੱਡਾ ਅੜਿੱਕਾ ਹੈ ਕਿਵੇਂ ਨਿਪਟੋਗੇ ਉਹਨਾਂ ਨਾਲ ਕਿਪੀ ਕਾਂਗਰਸ ਦੇ ਵਿੱਚ ਲੋਕ ਆਉਂਦੇ ਜਾਂਦੇ ਰਹੇ ਨੇ ਪਹਿਲਾਂ ਵੀ ਇਹ ਹੁੰਦਾ ਰਿਹਾ ਹੈਗਾ ਅਕਾਲੀ ਦਲ ਦੇ ਵਿੱਚ ਵੀ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਪਹਿਲਾਂ ਹੀ ਹੋਇਆ ਇਹਨਾਂ ਨੇ ਦੱਸਿਆ ਹੈਗਾ ਖਾਲਿਦ ਸਾਹਿਬ ਨੇ ਬੀਜੇਪੀ ਦੇ ਵਿੱਚੋਂ ਕਦੇ ਵੀ ਲੋਕ ਗਏ ਨਹੀਂ ਆਏ ਸੀ ਆਹ ਪਿਛਲੇ 5 ਸਾਲਾਂ 'ਚ ਜਿੰਨੇ ਲੋਕਾਂ ਨੇ ਬੀਜੇਪੀ ਛੱਡੀ ਹੈ ਉਹ 17 ਸਾਲਾਂ 'ਚ ਨਹੀਂ ਛੱਡੀ ਆਜ਼ਾਦੀ ਤੋਂ ਬਾਅਦ ਇਹ ਕਿਉਂ ਇਹ ਬੀਜੇਪੀ ਪੜਚੋਲ ਕਰੇ ਭਾਰਤ ਦੇ ਲੋਕ ਪੜਚੋਲ ਕਰ ਰਹੇ ਆ ਵੀ ਬੀਜੇਪੀ ਇੰਨੇ ਲੋਕਾਂ ਨੇ ਕਿਉਂ ਛੱਡੀ ਇਹਨਾਂ 5 ਸਾਲਾਂ 'ਚ ਇੱਕ ਨੇ ਨਹੀਂ ਛੱਡੀ ਔਰ ਛੋਟੇ ਮੋਟੇ ਬੰਦੇ ਨਹੀਂ ਹੈ ਜਿਨ੍ਹਾਂ ਨੇ ਛੱਡੀ ਹੈ ਦੇ ਆਰ ਮੈਨ ਆਫ ਐਮੀਨੈਂਸ ਦੇ ਯੂਜ਼ ਟੂ ਕਾਲ ਸ਼ਾਰਟਸ ਇਨ ਬੀਜੇਪੀ ਵਿੱਚ ਹੂ ਹੈਵ ਬੀਨ ਇਗਨੋਰਡ ਦੇ ਵਾਰ ਦਾ ਬੀਜੇਪੀ ਰਾਦਰ ਜਦੋਂ ਬੀਜੇਪੀ ਇਨਫੈਂਸੀ ਸਟੇਜ ਸੀਗੀ ਬਾਕੀ ਕਾਂਗਰਸ 'ਚੋਂ ਲੋਕ ਆਉਂਦੇ ਵੀ ਰਹੇ ਆ ਜਾਂਦੇ ਵੀ ਰਹੇ ਆ ਅਕਾਲੀ ਦਲ 'ਚ ਆਉਂਦੇ ਵੀ ਰਹੇ ਆ ਜਾਂਦੇ ਵੀ ਰਹੇ ਬੀਜੇਪੀ 'ਚੋਂ ਪਹਿਲੀ ਵਾਰੀ 5 ਸਾਲਾਂ ਦੇ ਵਿੱਚ ਲੋਕ ਨਿਕਲ ਕੇ ਬਾਹਰ ਗਏ ਆ ਵਰਨਾ ਬੀਜੇਪੀ ਦੇ ਇਤਿਹਾਸ 'ਚ ਜਿਹੜਾ ਬੰਦੇ ਨੇ ਬੀਜੇਪੀ ਜੁਆਇਨ ਕਰ ਲਈ ਉਹਨੇ ਛੱਡੀ ਕਦੇ ਨਹੀਂ ਇਹਦਾ ਮਤਲਬ ਬੀਜੇਪੀ ਦੀ ਪ੍ਰੈਜ਼ੈਂਟ ਲੀਡਰਸ਼ਿਪ ਜਿਹੜੀ ਹੈ ਉਹ ਖਤਰਾ ਬੀਜੇਪੀ ਵਾਸਤੇ ਸਭ ਤੋਂ ਵੱਡਾ ਹੈ ਸਾਡੇ ਵਾਸਤੇ ਖਤਰਾ ਨਹੀਂ ਆ ਉਹ ਤੁਸੀਂ ਹਰ ਗੱਲ ਕੌਨਫੀਡੈਂਸ ਕਰ ਰਹੇ ਹੋ ਓਵਰ ਕੌਨਫੀਡੈਂਸ ਕਰ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਹਾਂਗਾ ਕੌਨਫੀਡੈਂਸ ਕਹਿ ਲਓ ਓਵਰ ਜਾਂ ਅਨਾਲਿਸਿਸ ਕਹਿ ਲਓ ਕਿ ਹਰ ਗੱਲ ਦਾ ਐਡਾ ਵੱਡਾ ਅਨਾਲਿਸਿਸ ਤੁਸੀਂ ਡਾਟਾ ਕੱਢ ਲਓ ਬੀਜੇਪੀ ਕਿਸੇ ਨੇ ਛੱਡੀ ਨਹੀਂ ਆ 5 ਸਾਲਾਂ ਦੀ ਛੱਡੀ ਹੈ ਸਾਰੇ ਨੋਟ ਕਰ ਲਿਆ ਮੈਂ 100 ਸੀਟਾਂ ਬੀਜੇਪੀ ਕਿਸੇ ਨੇ ਬੀਜੇਪੀ ਨਹੀਂ ਛੱਡੀ ਅੱਜ ਤੱਕ ਆ ਪਹਿਲੀ ਵਾਰੀ ਛੱਡੀ ਹੈ ਕਿੰਗਰਾ ਸਾਹਿਬ ਪੁੱਲਰ ਸਾਹਿਬ ਮੈਂ ਦੇ ਦਿੰਦਾ ਇਹਨਾਂ ਦੀ ਗੱਲ ਦਾ ਇਹ ਕਹਿੰਦੇ ਕਾਂਗਰਸ ਨੇ ਛੱਡੀ ਗਏ ਨੇ ਨਹੀਂ ਨਹੀਂ ਆਏ ਗਏ ਕਾਂਗਰਸ ਬਹੁਤ ਆਏ ਗਏ ਸਾਡੇ 'ਚ ਪੇੜ ਮੁੰਡਾ ਹੋ ਕੇ ਚਲਾ ਗਿਆ ਦਾਲ ਸੁਖੁੰਦੇ ਬਹੁਤ ਵੱਡੀ ਪ੍ਰਾਪਤੀ ਇੱਕ ਮਿੰਟ ਤੁਹਾਡੇ ਕੋਲ ਸ਼ਤਰੂਗਨ ਸਿਨਹਾ ਚਲਾ ਗਿਆ ਤੁਸੀਂ ਬਹੁਤ ਵੱਡੀ ਪ੍ਰਾਪਤੀ ਮੰਨ ਰਹੇ ਹੋ ਉਹਦਾ ਵੀ ਤੁਹਾਨੂੰ ਰਿਜ਼ਲਟ ਛੇਤੀ ਮਿਲ ਜਾਊਗਾ ਸਿਨਹਾ ਸਾਹਿਬ ਲੈ ਲਓ ਤੁਹਾਡੇ ਉਹ ਚਲੋ ਆਪਾਂ ਸੋਚੀ ਅਸਲੀ ਜਵਾਬ ਲੈ ਲਈਏ ਪਾਸੇ ਨਹੀਂ ਗਏ ਹੈਗੇ ਉਹ ਨਾ ਸਿਨਹਾ ਸਾਹਿਬ ਕਿਸੇ ਪਾਸੇ ਗਏ ਨੇ ਨਾ ਮੁਰਲੀ ਜੋਸ਼ੀ ਕਿਸੇ ਪਾਸੇ ਗਏ ਨੇ ਠੀਕ ਹੈ ਲੇਕਿਨ ਤੁਹਾਡੇ ਜਿਹੜੇ ਗਏ ਸੀਗੇ ਉਹਨਾਂ ਨੇ ਤੁਹਾਡੀਆਂ ਸਰਕਾਰਾਂ ਹੀ ਤੋੜਤੀਆਂ ਚਾਹੇ ਵੀਪੀ ਸਿੰਘ ਸੀ ਚੰਦਰ ਕੁਮਾਰ ਗੁਜਰਾਲ ਸੀ ਚਾਹੇ ਮਨੀਸ਼ ਤੁਹਾਡੇ ਐਂਡੀ ਤਿਵਾੜੀ ਸੀ ਮਤਲਬ ਤੁਹਾਡੇ ਤੇ ਐਸੇ ਐਸੇ ਲੋਕ ਗਏ ਉਹੀ ਵਜ੍ਹਾ ਹੈ ਕਿ ਤੁਸੀਂ 44 ਤੇ ਸਿਮਟ ਗਏ ਸਾਡੇ ਚ ਆਉਂਦੇ ਜਾਂਦੇ ਰਹੇ ਲੋਕ ਨਹੀਂ ਆਉਂਦੇ ਜਾਂਦੇ ਇੱਥੇ ਕਿਹੜਾ ਕੋਈ ਧਰਮਸ਼ਾਲਾ ਹੈ ਕਿ ਆਉਂਦੇ ਜਾਂਦੇ ਰਹੇ ਤੁਹਾਡੇ ਗਏ ਹੀ ਗਏ ਔਰ ਆਹ ਹਾਲ ਹੋਇਆ ਅੱਜ ਤੁਹਾਡੀ
ਅੱਜ ਪੰਜਾਬ ਦੀ ਸਰਕਾਰ ਪੰਜਾਬ ਦੇ ਕੈਪਟਨ ਦੇ ਨਾਂ ਤੇ ਬਣੀ ਹੋਈ ਹੈ ਔਰ ਇਹ ਸਾਰਾ ਪੰਜਾਬ ਮੰਨਦਾ ਹੈ ਤੇ ਆਪਾਂ ਪੰਜਾਬ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਕੈਪਟਨ ਦੇ ਨਾਂ ਤੇ 13 ਸੀਟਾਂ ਜਿੱਤਣੀਆਂ ਅੱਜ ਅਸੀਂ ਧਾਰਨੀ ਸਾਹਿਬ ਧਾਰਨੀ ਸਾਹਿਬ ਅਸੀਂ ਕੈਪਟਨ ਦੇ ਨਾਂ ਤੇ 13 ਸੀਟਾਂ ਜਿੱਤਣੀਆਂ ਚਲੋ ਅੱਜ ਕੈਪਟਨ ਉਸ ਦੀ ਜਿੱਤਣੀ ਹੈਗਾ ਅੱਜ ਕੈਪਟਨ ਉਸ ਦੀ ਜਿੱਤਣੀ ਹੈ ਵੀ 13 ਸੀਟਾਂ ਦਾ ਜਿੱਤਾ ਜਵੇ ਧਾਰਨੀ ਸਾਹਿਬ ਫਿਰ ਤੁਸੀਂ ਦੋ ਗੱਲਾਂ ਕਰ ਰਹੇ ਹੋ ਧਾਰਨੀ ਸਾਹਿਬ ਅਕਾਲੀ ਦਲ ਨੇ ਬਹੁਤ ਇਸ ਵੇਲੇ ਰਣਨੀਤੀ ਬਣਾਈ ਹੈਗੀ ਹੈ ਕਿਸ ਤਰੀਕੇ ਵੱਡੇ ਵੱਡੇ ਚਿਹਰੇ ਆ ਜਿਹੜੇ ਮੈਦਾਨ ਚ ਉਤਾਰੇ ਜਾਣ ਉਹ ਮਾਝੇ ਤੋਂ ਮਾਲਵੇ ਵੀ ਸ਼ਿਫਟ ਕੀਤਾ ਹੈਗਾ ਕੈਂਡੀਡੇਟ ਤੁਸੀਂ ਇੱਕ ਸਵਾਲ ਇਹ ਹੈਗਾ ਜਿਹੜਾ ਬੇਅਦਬੀ ਦਾ ਰੌਲਾ ਹੈਗਾ ਬੇਅਦਬੀ ਦਾ ਮਾਮਲਾ ਹੈਗਾ ਉਸ ਪੂਰੇ ਮਾਮਲੇ 'ਤੇ ਅਕਾਲੀ ਦਲ ਆਪਦੇ ਆਪ ਨੂੰ ਬਚਾਉਣ ਦੇ ਲਈ ਪੂਰੀ ਵਾਹ ਲਾ ਰਿਹਾ ਹੈਗਾ ਹੁਣ ਜਦੋਂ ਖਬਰਾਂ ਇਹ ਆਉਣ ਲੱਗ ਪਈਆਂ ਕਿ ਚਰਾਣ ਪੇਸ਼ ਹੋ ਗਿਆ ਉਹਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਨੂੰ ਰਾਹਤ ਮਿਲ ਗਈ ਹੈਗੀ ਹੈ ਇਹ ਖਬਰਾਂ ਕਿਉਂ ਪ੍ਰਚਲਿਤ ਹੋਈਆਂ ਇੱਕ ਪਾਸੇ ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ਵਿੱਚ ਤੁਸੀਂ ਚੋਣ ਕਮਿਸ਼ਨ ਕੋਲ ਜਾਂਦੇ ਹੋ ਉਹਨਾਂ ਨੂੰ ਤੁਸੀਂ SIT ਦੀ ਇਨਕੁਆਇਰੀ ਤੋਂ ਪਾਸੇ ਕਰਦੇ ਹੋ ਦੂਜੇ ਪਾਸੇ ਇਹੋ ਜਿਹੀਆਂ ਖਬਰਾਂ ਬਾਹਰ ਆ ਜਾਂਦੀਆਂ ਇਹਦਾ ਮਤਲਬ ਹੈ ਕੀ ਹੈ ਧਾਰਨੀ ਸਾਹਿਬ ਦੇਖੋ ਜਿੱਥੋਂ ਤੱਕ ਤਾਂ ਬੇਅਦਬੀ ਵਾਲੇ ਮਾਮਲੇ ਹੈਗੇ ਆ ਅਸੀਂ ਕਦੇ ਨਹੀਂ ਭਜਦੇ ਅਸੀਂ ਕਹਿੰਦੇ ਆ ਕਿ ਜਿਸ ਨੇ ਬੇਅਦਬੀਆਂ ਕਰਾਈਆਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੋ ਸਿੱਟ ਦਾ ਰਿਜ਼ਲਟ ਹੋਊਗਾ ਉਹ ਸਾਨੂੰ ਅਸੈਪਟੇਬਲ ਹੋਊਗਾ ਬਟ ਤੁਸੀਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਹੈ ਸਾਨੂੰ ਰਾਈਟ ਹੈਗਾ ਜੇ ਕੋਈ ਬੰਦਾ ਬਾਇਸ ਚੱਲਦਾ ਹੈਗਾ ਐਜ਼ ਪਰ ਲਾ ਅਸੀਂ ਉਹਦੇ ਖਿਲਾਫ ਆਪਣਾ ਆਬਜੈਕਸ਼ਨ ਦੇ ਸਕਦੇ ਹਾਂ ਚੋਣਾਂ ਤੋਂ ਬਾਅਦ ਹੀ ਤੁਹਾਨੂੰ ਲੱਗਿਆ ਕਿ ਜਦੋਂ ਚੋਣਾਂ ਅਨਾਉਂਸ ਹੋ ਗਈਆਂ ਤੁਹਾਨੂੰ ਉਹਦੇ ਲੱਗਿਆ ਕਿ ਕੁੰਵਰ ਵਿਜੇ ਪ੍ਰਤਾਪ ਤੁਹਾਡੇ ਅਗੇਂਸਟ ਜਾ ਰਿਹਾ ਜਦ ਉਦੋਂ ਲੱਗਿਆ ਜਦੋਂ ਉਹਨਾਂ ਨੇ ਬੈਠ ਕੇ ਪ੍ਰੈਸ ਕਾਨਫਰੰਸਿਸ ਕੀਤੀਆਂ ਇਹ ਤੁਹਾਨੂੰ ਉਦੋਂ ਲੱਗਿਆ ਕਿ ਹੁਣ ਚੋਣ ਕਮਿਸ਼ਨ ਤੋਂ ਅਸੀਂ ਇਹ ਫੈਸਲਾ ਕਰਵਾ ਸਕਦੇ ਹਾਂ ਨਹੀਂ ਤੁਸੀਂ ਐਵੇਂ ਉਹ ਕਰ ਰਹੇ ਆ ਤੁਸੀਂ ਆਪਣਾ ਬਣਾ ਰਹੇ ਆ ਜਦੋਂ ਕੋਈ ਕਾਜ਼ ਆਫ ਐਕਸ਼ਨ ਅਰੋਜ਼ ਹੋਇਆ ਅਸੀਂ ਉਹਦੇ ਕੋਲ ਚਲੇ ਗਏ ਦੂਸਰੀ ਗੱਲ ਇਹਨਾਂ ਦੇ ਮੈਂ ਗੱਲਾਂ ਦੇ ਦੋ ਜਵਾਬ ਦੇਣੇ ਹੈਗੇ ਆ ਸਿੰਪਲ ਮੈਂ ਇੱਕ ਤਾਂ ਇਹਨਾਂ ਨੂੰ ਇਹ ਦੱਸ ਦਵਾਂ ਵੀ ਮਹਾਂਭਾਰਤ ਦੇ ਵਿੱਚ ਜਰਨੈਲਾਂ ਬਿਨਾਂ ਕੋਈ ਲੜਾਈ ਨਹੀਂ ਅੱਜ ਤੱਕ ਕਿਤੇ ਨਹੀਂ ਲੜੀ ਗਈ ਸਾਡੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਦੂਜੀ ਭ੍ਰਿਸ਼ਟਾਚਾਰ ਦੀ ਗੱਲ ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਹੈ ਕਿ ਖੰਨੇ ਦੇ ਵਿੱਚ ਇੱਕ 6,66,00,000 ਰੁਪਏ ਦਾ ਇੱਕ ਡਾਕਾ ਵਜਿਆ ਪੁਲਿਸ ਨੇ ਮਾਰਿਆ ਔਰ ਸਾਰਿਆਂ ਦੇ ਸਾਹਮਣੇ ਹੈਗਾ ਪੰਜਾਬ ਦੇ ਵਿੱਚ ਗਵਰਨਮੈਂਟ ਕਾਂਗਰਸ ਦੀ ਇੱਕ ਮਿੰਟ ਮੇਰੀ ਸੁਣ ਲਿਓ ਗੱਲ ਮੈਂ ਉਹਨਾਂ ਟਾਈਮਾਂ ਦੀਆਂ ਗੱਲਾਂ ਕਰੂੰਗਾ ਜਿਹੜਾ ਅੱਜ ਤੱਕ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਟੈਰੋਰਿਜ਼ਮ ਦੇ ਦੌਰਾਨ ਸਭ ਤੋਂ ਵੱਡਾ ਜਿਹੜਾ ਡਾਕਾ ਵਜਿਆ ਸੀ 4,61,00,000 ਰੁਪਏ ਦਾ 5,70,00,000 ਰੁਪਏ ਦਾ 5,70,00,000 ਰੁਪਏ ਦਾ ਲੁਧਿਆਣੇ ਦੇ ਵਿੱਚ PNB ਵਾਲਾ ਉਸ ਬਾਹਾਂ ਹੋ ਗਈ ਸੀ ਸਾਰੇ ਦੇ ਵਿੱਚ ਅੱਜ 6,66,00,000 ਰੁਪਇਆ ਖਾ ਕੇ ਡਕਾਰ ਮਾਰ ਕੇ ਔਰ ਜਿਹੜੇ ਚੋਰ ਹੈਗੇ ਆ ਉਹਨਾਂ ਦੀ ਚੋਰਾਂ ਦੀ ਪੜਤਾਲ ਚੋਰੇ ਕਰ ਰਹੇ ਆ ਤੁਸੀਂ ਦੱਸੋ ਉਹਨੂੰ ਉਹ ਕਾਂਗਰਸ ਗਵਰਨਮੈਂਟ ਕਿੱਥੇ ਜਾ ਕੇ ਲੋਕਾਂ ਨੂੰ ਕਹੂਗੀ ਕੀ ਉਹ ਕਹਿ ਰਹੇ ਹੈਗੇ ਤਾਂ ਹੀ ਕਰਪਸ਼ਨ ਦੇ ਮੁੱਦੇ ਤੇ ਇਹ ਨਹੀਂ ਜਾ ਰਹੇਗੇ ਨਹੀਂ ਕਰਨ ਇਹ ਗੱਲ ਕਰਨ ਕਿੰਗਰਾ ਸਾਹਿਬ ਦੱਸਣ ਦੇਖੋ ਇੱਕ ਪੁਲਿਸ ਵਾਲੇ ਨੇ ਡਾਕਾ ਮਾਰਿਆ ਪੁਲਿਸ ਵਾਲੇ ਉਹਨਾਂ ਦੀ ਇਨਕੁਆਇਰੀ ਕਰ ਰਹੇ ਆ ਠੀਕ ਹੈ ਜਗਤਾਰ ਸਿੰਘ ਕਿਹੜਾ ਆਮ ਆਦਮੀ ਪਾਰਟੀ ਲਈ ਕਿਹੜਾ ਵੱਡਾ ਮੁੱਦਾ ਇਹਨਾਂ ਚੋਣਾਂ ਵਿੱਚ ਕਿਉਂਕਿ ਤੁਹਾਡੇ ਲਈ ਤਾਂ ਸਾਰੇ ਅੜਿੱਕੇ ਅੜਿੱਕੇ ਪੇਸ਼ ਕੀਤੇ ਜਾ ਰਹੇ ਆ ਕਿ PDA ਤੁਹਾਡੇ ਲਈ ਅੜਿੱਕਾ ਤੁਹਾਡੇ ਆਪਦੇ ਬੰਦੇ ਤੁਹਾਡੇ ਲਈ ਅੜਿੱਕਾ ਹੈਗੇ ਆ PDA ਕਿਤੇ ਪਿਕਚਰ 'ਚ ਨਹੀਂ ਹੈ ਮਤਲਬ ਤਿੰਨ ਧਿਰੀ ਮੁਕਾਬਲੇ ਨੇ ਹਰ ਜਗ੍ਹਾ ਤੁਸੀਂ ਪਿਕਚਰ 'ਚ ਆ ਗਏ ਉਹਨਾਂ ਤੁਸੀਂ ਤੁਹਾਡੇ ਵਿਚਾਰ ਹੋਰ ਨੇ ਸਾਡੇ ਹੋਰ ਮੈਂ ਤਾਂ ਸਵਾਲ ਹੀ ਕਰ ਰਿਹਾ ਹਾਂ ਮੈਂ ਵਿਚਾਰ ਥੋੜੇ ਤੇ ਤੇਰੀ ਮੁਕਾਬਲਾ ਕਹਤਾ ਔਰ ਤੀਜੇ ਮੈਂ ਸਾਰੀਆਂ ਸੀਟਾਂ ਦੇ ਤੇ ਕੋਨਾ ਮੁਕਾਬਲਾ ਆਫਕੋਰਸ ਉਹਦੇ ਵਿੱਚੋਂ ਅਸੀਂ ਬਾਕੀਆਂ 'ਤੇ ਫਾਈਟ ਦੇ ਰਹੇ ਹਾਂ ਤੁਹਾਨੂੰ ਦੱਸਿਆ ਵੀ ਸਾਡਾ ਇੰਟਰਨਲ ਸਰਵੇ ਜਿਹੜਾ 6-7 ਸੀਟਾਂ ਅਸੀਂ ਜਿੱਤ ਰਹੇ ਹਾਂ ਬਾਕੀਆਂ 'ਤੇ ਅਸੀਂ ਮਤਲਬ ਪ੍ਰੋਗਰੈਸ ਕਰ ਰਹੇ ਹਾਂ ਦੇਖਦੇ ਹਾਂ ਕੀ ਬਣਦਾ ਇਹ 'ਚ ਕਿਹੜੀ ਗੱਲ ਹੈ ਅਤੇ ਦੂਸਰੀ ਗੱਲ ਜਿਹੜੀ ਮੁੱਦਿਆਂ ਦੀ ਗੱਲ ਹੈ ਮੁੱਦੇ ਤਾਂ ਜਿਹੜੇ ਮੈਂ ਤੁਹਾਨੂੰ ਦੱਸਦਾ ਹੈ ਅਸੀਂ ਆਹੀ ਮੁੱਦੇ ਕਾਂਗਰਸ ਵਾਲੇ ਜਿਹੜੇ ਇੱਥੇ ਇਹਨਾਂ ਨੇ ਵਾਅਦੇ ਕੀਤੇ ਸੀ ਹਾਂਜੀ ਕਿਸਾਨ ਸੂਸਾਈਡ ਰੋਕਾਂਗੇ ਮੈਂ ਕਰਜ਼ ਮੁਕਤ ਕਰਾਂਗੇ ਘਰ ਘਰ ਰੁਜ਼ਗਾਰ ਦੇਵਾਂਗੇ ਮਾਫੀਆ ਰਾਜ ਖਤਮ ਕਰਾਂਗੇ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਹਾਂਜੀ ਮੁੱਖ ਮੁੱਦੇ ਇਹ ਆ ਬਾਕੀ BJP ਦੇ ਜਿਹੜੇ ਸੈਂਟਰ ਲੈਵਲ 'ਤੇ ਹੈਗੇ ਆ ਉਹ ਵੀ ਮੁੱਦੇ ਹੈਗੇ ਆ ਸੋ ਆਹ ਧਾਰਨੀ ਸਾਹਿਬ ਨੇ ਆ ਕੇ ਕਿੰਨੀ ਗੱਲ ਕਲੀਅਰ ਕੱਟ ਦੱਸੀ ਆ ਕਿ ਦਿਨ ਦੇ ਹਾਲੇ ਡਾਕਾ ਪਿਆ ਪਰ ਮੈਂ ਇਹਨਾਂ ਦੀ ਇੱਕ ਗੱਲ ਨਾਲ ਸਹਿਮਤ ਨਹੀਂ ਹੈ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੈ ਮੈਂ ਕਈ ਪੁਲਿਸ ਵਾਲੇ ਨੂੰ ਨਿੱਜੀ ਤੌਰ 'ਤੇ ਜਾਣਦਾ ਓਨੈਸਟ ਅਫਸਰ ਵੀ ਬਹੁਤ ਹੈਗੇ ਆ ਸੋ ਇਹ ਗੱਲ ਇੱਥੇ ਪੋਲੀਟੀਕਲ ਵਿਲ ਨਹੀਂ ਹੈ ਸਿਆਸੀ ਲੋਕ ਜਿਹੜੇ ਆ ਇਹ ਸਾਰਾ ਕੁਛ ਸਾਰਾ ਢਾਂਚਾ ਖਰਾਬ ਕਰਦੇ ਆ ਸਿਆਸੀ ਲੋਕਾਂ ਦੀ ਛਤਰਛਾਇਆ ਕਰਕੇ ਹੀ ਪੁਲਿਸ ਵਾਲੇ ਵੀ ਕਈ ਨਸ਼ਿਆਂ ਦੇ ਉਸ ਗੈਂਗ ਦੇ ਵਿੱਚ ਸ਼ਾਮਿਲ ਨੇ ਜਿਹੜੀ ਆਪਣੇ ਆਪ ਫੜੇ ਜਾ ਰਹੇ ਕਈਆਂ ਸਮਝਦੇ ਇੰਸੀਡੈਂਟਲੀ ਔਰ ਐਕਸੀਡੈਂਟਲੀ ਫੜੇ ਜਾ ਰਹੇ ਆ ਜਿਹੜੀ ਕਾਂਗਰਸ ਜਮਾਤ ਹੈ ਇਹ ਭ੍ਰਿਸ਼ਟਾਚਾਰ ਦੀ ਜਣਨੀ ਹੈ ਇਹ ਭ੍ਰਿਸ਼ਟਾਚਾਰ ਜਿਹੜਾ ਹੈ ਇਹਨਾਂ ਦੇ ਵੇਲੇ ਸਭ ਤੋਂ ਵਧੀਆ ਹੈਗਾ ਆ ਸੋ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਡੱਕਾ ਬਣ ਕੇ ਦੌਰਾ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਪੰਜਾਬ ਦੇ ਵਿੱਚ ਸਿਵਾਏ ਭ੍ਰਿਸ਼ਟਾਚਾਰ ਕਰਨ ਤੋਂ ਸਾਰਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵਾਲਾ ਮਾਫੀਆ ਰਾਜ ਹੀ
ਅੱਗੇ ਨੂੰ ਲੈ ਕੇ ਜਾ ਰਹੇ ਆ ਸੋ ਉਹਦੇ ਨਾਲ ਇਹਨਾਂ ਦਾ ਹਸ਼ਰ ਦੇਖਿਓ ਤੁਸੀਂ 23 ਤਰੀਕ ਨੂੰ ਕੀ ਹੁੰਦਾ ਕਿੰਗਰਾ ਸਾਹਿਬ ਜ਼ਰੂਰ ਆਇਓ 23 ਤਰੀਕ ਨੂੰ ਤੁਸੀਂ ਮਿਸ਼ਨ 13 ਕਹਿ ਰਹੇ ਹੋ ਤੁਸੀਂ ਮਿਸਿੰਗ 13 ਤੁਹਾਡਾ ਆਊਗਾ ION ਦੀ ਜਗ੍ਹਾ ਤੇ ING ਬਣ ਜਾਣਾ ਮਿਸਿੰਗ 13 ਤੋਂ ਹੀ ਪੁੰਜੇ ਜਾਓਗੇ ਖਾਲੀ ਸਾਹਿਬ ਮੈਂ ਚਰਚਾ ਸਮਾਪਤ ਕਰਨੀ ਲਾਸਟ ਪੁਆਇੰਟ ਤੁਹਾਡੇ ਕੀ ਮਿਲਣਗੇ ਮੈਨੂੰ ਅੜਿੱਕੇ ਕੀ ਹੈਗੇ ਆ ਇਹ ਕਹਿੰਦੇ ਮਿਸ਼ਨ 13 ਉਹ ਕਹਿੰਦੇ ਮਿਸਿੰਗ 13 ਮੇਰਾ ਸਵਾਲ ਹੈਗਾ ਮੁੱਦਿਆਂ ਦੀ ਸਿਆਸਤ ਹੋਊਗੀ ਪੰਜਾਬ 'ਚ ਜਾਂ ਦੇਖੋ ਇੱਕ ਦੂਜੇ ਦੇ ਬਾਗੀ ਦੇਖਣਗੇ ਰੁਸਤੇ ਦੇਖਣਗੇ ਮੈਂ ਦੱਸਦਾ ਮੁੱਦਿਆਂ ਦੀ ਸਿਆਸਤ ਪੰਜਾਬ ਦੇ ਵਿੱਚ ਆਪਾਂ ਨੇ ਵਿਧਾਨ ਸਭਾ ਦੇ ਵਿੱਚ ਚੋਣ ਦੇਖਿਆ ਪਰਸਨਲਾਈਜ਼ਡ ਸਿਆਸਤ ਜ਼ਿਆਦਾ ਹੋ ਗਈ ਹੈ ਯਾਨੀ ਇੱਕ ਦੂਸਰੇ ਦੇ ਖਿਲਾਫ਼ ਜਿਹੜਾ ਹੈਗਾ ਉਹਨਾਂ ਦੀਆਂ ਵੀਕਨੈਸਿਸ ਫਰੋਲ ਕੇ ਲਿਆ ਕੇ ਪਰਸਨਲ ਲੈਵਲ 'ਤੇ ਉਹ ਕਰਨਾ ਜਿਹੜਾ ਹੈਗਾ ਮੁੱਦਿਆਂ ਦੀ ਸਿਆਸਤ ਅਗਰ ਹੋਵੇ ਤਾਂ ਲੋਕਾਂ ਦੀ ਇਨਵੋਲਵਮੈਂਟ ਵੀ ਉਹਦੇ ਵਿੱਚ ਹੋਵੇ ਲੋਕਾਂ ਦੀ ਇਨਵੋਲਵਮੈਂਟ ਜਿਹੜੀ ਹੈਗੀ ਆ ਉਹ ਵੋਟ ਹੋਣ ਤੱਕ ਪਾਉਣ ਤੱਕ ਸੀਮਤ ਰਹਿ ਜਾਂਦੀ ਹੈ ਜਿਹੜਾ ਡਿਸਕੋਰਸ ਹੈ ਉਹ ਇੰਨਾ ਖੁੱਲ੍ਹਦਾ ਨਹੀਂ ਹੈ ਵੋਟਰ ਦਾ ਡਿਸਇੰਟਰਸਟਿਡ ਹੋਣਾ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਡੈਮੋਕ੍ਰੇਸੀ ਵਾਸਤੇ ਬਹੁਤ ਵੱਡਾ ਚੈਲੰਜ ਬਹੁਤ ਵੱਡਾ ਅੜਿੱਕਾ ਬਹੁਤ ਵੱਡਾ ਅੜਿੱਕਾ ਚਲੋ ਬਹੁਤ ਧੰਨਵਾਦ ਮੁਹੰਮਦ ਖਾਲੀ ਤੁਹਾਡਾ ਕਿੰਗਰਾ ਸਾਹਿਬ ਤੁਹਾਡਾ ਤਾਰਨੀ ਸਾਹਿਬ ਤੁਹਾਡਾ ਅਤੇ ਪੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸੰਗੇੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਵਾਲ ਆ ਜਿਹੜੇ ਉਹ ਪੰਜਾਬ ਦੀ ਸਿਆਸਤ ਵਿੱਚ ਬਹੁਤ ਸਾਰੇ ਉੱਠਣਗੇ ਅਤੇ ਪੰਜਾਬ ਦੀ ਸਿਆਸਤ ਵਿੱਚ ਇੱਕ ਸਵਾਲ ਹੋਰ ਵੀ ਆ ਗਿਆ ਹੈਗਾ ਕੀੜੀ ਹਾਥੀ ਅਤੇ ਕੁੱਤੇ ਦਾ ਇਹ ਸਵਾਲ ਆ ਜਿਹੜਾ ਬੜਾ ਇੰਟਰਸਟਿੰਗ ਹੈਗਾ ਇਹ ਸਵਾਲ ਵੀ ਕਦੇ ਲੈ ਕੇ ਆਊਂਗਾ ਇਸ ਡਿਬੇਟ ਦੇ ਵਿੱਚ ਪਰ ਫਿਲਹਾਲ ਅੜਿੱਕਾ ਇਹ ਹੈਗਾ ਜਦੋਂ ਵੋਟਰਾਂ ਦਾ ਇੰਟਰਸਟ ਘੱਟ ਜਾਵੇ ਤਾਂ ਫਿਰ ਅੜਿੱਕਾ ਸਭ ਤੋਂ ਵੱਡਾ ਹੁੰਦਾ ਜੇ ਅੜਿੱਕਾ ਆਉਣਾ ਸ਼ੁਰੂ ਹੋ ਗਿਆ ਤਾਂ ਦੇਸ਼ ਦੇ ਲੋਕਤੰਤਰ ਲੋਕ ਰਾਜ ਪ੍ਰਣਾਲੀ ਲਈ ਬਹੁਤ ਵੱਡਾ ਚੈਲੰਜ ਹੈਗਾ ਜਿਵੇਂ ਖਾਲਿਦ ਸਾਹਿਬ ਨੇ ਕਿਹਾ ਬਹੁਤ ਧੰਨਵਾਦ